ਜੁੜੀ ਹੈ ਜਿਹੜੀ ਗੇਟ ਵਾਲੀ ਸਾਈਡ ਇਹ ਚੈਣੇਵਾਲ ਦੀ ਟੀਮ ਹੈ ਸਰਦੂਲਗੜ ਦਾ ਇਲਾਕਾ ਜ਼ਿਲ੍ਹਾ ਮਾਨਸਾ ਪੈਂਦਾ ਹੈ ਚੈਣੇਵਾਲਾ ਦਸੌਂਦੀਆ ਲਾਲੇ ਵਾਲੀ ਮੀਰਪੁਰ ਲਾਗੇ ਲਾਗੇ ਪਿੰਡ ਹੈ ਬੜੇ ਪ੍ਰਸਿੱਧ ਖਿਡਾਰੀਆਂ ਦਾ ਇਲਾਕਾ ਆ ਜਾਂਦਾ ਹੈ ਜਿਹੜਾ ਮੁੰਡਾ ਸੈਂਟਰ ਦੇ ਵਿੱਚ ਖੇਡਦਾ ਕਿਸੇ ਜਾਣ ਪਹਿਚਾਣ ਦਾ ਮਿਥਾਜ ਨਹੀਂ ਇਹ ਅਮਰਜੀਤ ਸਿੰਘ ਉੱਪਲ ਦਾ ਪੁੱਤਰ ਹੈ ਇਹਦਾ ਸਤਨਾਮ ਸਿੰਘ ਪੂਰਾ ਨਾਮ ਹੈ ਪਰ ਬਾਲੀਵਾਲ ਵਾਲੇ ਤੂਫਾਨ ਕਹਿੰਦੇ ਹੈ ਇਹਨੂੰ ਇੱਕ ਬੋਲਟ ਮਿਲਿਆ ਮਾਨ ਸਨਮਾਨ ਦੇ ਵਿੱਚ ਇੱਕ ਮੋਟਰਸਾਈਕਲ ਮਿਲਿਆ ਦੋ ਤਿੰਨ ਸਕੂਟਰ ਮੁੰਡੇ ਨੇ ਜਿੱਤੇ ਹੈ ਤੇ 11-12 ਬਾਂਸਿੰਗ ਮਸ਼ੀਨਾਂ ਜਿੱਤੀਆਂ ਔਰ ਸਾਈਕਲਾਂ ਦਾ ਜੇਤੂ ਚਾਂਦੀ ਦੇ ਕੜਿਆਂ ਦਾ ਸਮੇਂ ਦੀਆਂ ਮੁੰਡੀਆਂ ਲੜੀਆਂ ਦਾ ਜੇਤੂ ਖਿਡਾਰੀ ਹੈ ਨਾਲ ਮੈਂ ਦੇਖਦਾ ਵੀ ਠੁੱਲੀਵਾਲ ਪਿੰਡ ਹੈ ਜ਼ਿਲ੍ਹੇ ਬਰਨਾਲੇ ਦਾ ਮਾਲਵੇ ਦਾ ਬੜਾ ਪ੍ਰਸਿੱਧ ਪਿੰਡ ਹੈ ਠੁੱਲੀ ਵਾਲੀਆ ਸਹੀ ਖੇਡਦਾ ਹੈ ਤੇ ਨਿੱਤੇ ਖੇਡਦਾ ਚੈਣੇ ਵਾਲੀਆ ਪਰਮ ਇਹ ਵੀ ਵੱਡੇ ਵੱਡੇ ਕੱਪਾਂ ਦਾ ਬੈਸਟ ਰਿਹਾ ਹੈ ਨਾਲ ਕਹਿੰਦੇ ਗੁਰਜੀਤੀ ਹੈ ਚੈਣੇ ਵਾਲੀਆ ਇੱਕ ਮਾਨਸਾ ਜ਼ਿਲ੍ਹੇ ਦੀ ਵੱਡੀ ਟੀਮ ਹੈ ਤੇ ਦੂਜੇ ਪਾਸੇ ਝਾਤ ਮਾਰੀ ਹੈ ਸੈਂਟਰ ਦੇ ਵਿੱਚ ਉਹ ਮੁੰਡਾ ਅੰਕਿਤ ਹੈ ਇਹ ਮੁੰਡੇ ਦੀ ਦਿੱਲੀ ਦੇ ਵਿੱਚ ਬੜੀ ਚੜ੍ਹਾਈ ਹੈ ਜਿੰਨੇ ਵੀ ਟੂਰਨਾਮੈਂਟ ਹੁੰਦੇ ਹੈ ਤੇ ਸਭ ਤੋਂ ਵੱਧ ਕਹਿੰਦੇ ਅੰਕਿਤ ਦੀ ਟੀਮ ਜਿੱਤਦੀ ਹੈ ਆ ਨੀਟਾ ਹੈ ਇਹਦਾ ਦਿੱਲੀ ਦੇ ਵਿੱਚ ਚਿਰਾਗ ਪਿੰਡ ਹੈ ਇਹਨੂੰ ਨੀਟਾ ਨੀਟਾ ਕਹਿੰਦੀ ਹੈ ਦੁਨੀਆ ਅੱਜ ਦੋ ਖਿਡਾਰੀ ਜਿਹੜੇ ਬਾਹਰ ਦੇ ਖੇਡ ਰਹੇ ਹੈ ਮੈਚ ਦੋ ਨੰਬਰ ਗਰਾਊਂਡ ਦਾ ਵੀ ਬਾਹਲਾ ਤਕੜਾ ਹੈ ਔਰ ਦੁਨੀਆ ਦੇ ਵੱਡੇ ਮੰਨ ਖੇਡ ਰਹੇ ਹੈ ਪਰ ਤੂਫਾਨ ਜਦੋਂ ਖੇਡਦਾ ਹੈ ਤੇ ਬਾਕੀ ਗਰਾਊਂਡਾਂ ਦੇ ਵਿੱਚ ਤੂਫਾਨ ਆ ਜਾਂਦਾ ਹੈ ਔਰ ਤੂਫਾਨ ਆ ਜਾਂਦਾ ਹੈ ਹੁਣ ਮੈਚ ਬੜਾ ਤਕੜਾ ਹੈ ਔਰ ਮੁੰਡੇ ਨੇ ਕਮਾਲ ਕਰ ਦੇਣੀ ਹੈ ਗੱਲਾਂ ਹੋਣਗੀਆਂ ਦੋਨੋਂ ਟੀਮਾਂ ਬੜੀਆਂ ਮਾਣੀਆਂ ਪਰਵਾਨੀਆਂ ਹੈ ਇੱਕ ਪਾਸੇ ਆਪਾਂ ਦੇਖਦੇ ਵੀ ਖਰੇੜੀ ਦੀ ਟੀਮ ਖੇਡ ਰਹੀ ਹੈ ਬੜਾ ਵਧੀਆ ਮੈਚ ਨੰਬਰਦਾਰ ਜੀ ਕਰੇ ਗੱਲ ਮੁੰਡਿਆਂ ਦਾ ਆਓ ਸਾਹਮਣੇ ਇਧਰ ਪਰ ਪਿੰਡ ਦੇ ਮੁੰਡਿਆਂ ਦੇ ਨਿਗਾਹ ਟਿਕੀ ਹੋਈ ਹੈ ਤੇ ਉਧਰ ਕਹਿੰਦੇ ਤਫਾਨ ਵੀ ਆਪਣੇ ਆਈ ਤੇ ਆ ਪਿਆ ਦੋ ਨੰਬਰ ਗਰਾਊਂਡ ਦੇ ਵਿੱਚ ਨਾਲ ਕਹਿੰਦੇ ਠੁੱਲੀ ਵਾਲ ਪਿੰਡ ਸੜੀਰਾ ਹੈ ਤੇ ਚਰਜੇ ਬੜੀ ਦੂਰ ਤੱਕ ਹੈ ਇੱਧਰ ਕਹਿੰਦੇ ਮੇਰੇ ਮਿੱਤਰ ਪਿੰਡ ਵਾਲੇ ਮੁੰਡਿਆਂ ਨੇ ਦਬਦਬਾ ਜਿਹੜਾ ਉਹ ਕਾਇਮ ਕਰ ਰੱਖਿਆ ਪਰ ਆ ਰਹੇ ਆਪਣੇ ਆਈ ਤੇ ਆ ਗਏ ਨਾ ਤੇ ਪਤਾ ਇਹਨਾਂ ਦਾ ਵੀ ਤਲਵੰਡੀ ਵਾਲਿਆ ਹੈ ਹੋਰ ਨੰਬਰ 12 ਤੇ 16 ਹੋ ਗਏ ਹੈ ਮੈਂ ਡਰਦੀ ਤੇ ਰੱਬ ਰੱਬ ਕਰਦੀ ਕੀ ਕਹਿੰਦੇ ਸੂਈ ਮੂਈ ਸੂਈ ਮੂਈ ਸੂਈ ਬੈਲ ਖੁਰਦਾਲਾਂ ਦੇ ਤਿਆਰ ਬਣਨ ਲੱਗ ਗਿਆ ਜੇ ਤੇਰਵਾਂ ਲੱਗ ਗਿਆ ਤੇ ਇਹਨੂੰ ਦਾ ਪ੍ਰਬੰਧ ਕਰਨਾ ਪੈ ਸਕਦਾ ਹੈ ਤੇ ਨਹੀਂ ਫਿਰ ਗੋਲੀ ਵਾਲਾ ਬੱਚਾ ਮੰਗਾ ਲਿਓ ਗੱਲਾਂ ਬਾਤਾਂ ਇਹਨਾਂ ਟਿਕਾਣੇ ਲੱਗ ਜਾਣੀਆਂ ਸਾਡਾ ਤੇ ਆ ਵੇਖੋ ਤੇਂਦਰਾ ਬਣੀ ਤੇ ਬੜੀ ਕੀ ਜਾਂਦਾ ਤੇਰੇ ਸਾਥੀਆਂ ਦਾ ਹੈ ਸਮਝਾਣਾ ਤੇਰੇ ਪਿੰਡਾਂ ਨੂੰ ਜਿਹੜੇ ਇੱਥੇ ਉਡੀਕ ਕੀ ਹੋ ਗਈ ਹੈ ਤੇ ਮੇਲਾ ਵਿਖਰ ਜੂ ਇਹ ਗੱਲ ਪੱਕੀ ਹੈ ਬੂਟੇ ਪਈ ਹੈ ਸਾਹ ਜੀ ਇੱਕ ਨੰਬਰ ਦੀਆਂ ਟੀਮਾਂ ਵੀ ਅਗਲੀਆਂ ਜ਼ਰੂਰ ਦੱਸਦੀ ਤੇ ਟੀਮਾਂ ਨੇੜੇ ਆ ਜਾਣਗੀਆਂ ਖੁਖਣੀ ਰਾਏ ਸਰ ਤੇ ਖੁਖਣੀ ਕਰਨਾਲ ਦਾ ਜਿਹੜਾ ਮੈਚ ਖੇਡਿਆ ਜਾਵੇਗਾ ਰਾਏ ਦੀ ਟੀਮਾਂ ਨੇੜੇ ਲਓ ਇਹ ਜਿਹੜੀਆਂ ਦੋਨੋਂ ਟੀਮਾਂ ਆਪਣੇ ਆਪ ਨੂੰ ਤਿਆਰ ਕਰ ਲੈਣਗੀਆਂ ਪਰ ਸਾਹਮਣੇ ਇੱਧਰ ਇੱਕ ਨੰਬਰ ਗਰਾਊਂਡ ਦੇ ਵਿੱਚ ਲੋਕ ਕਹਿੰਦੇ ਜੁੜ ਬੈਠੇ ਆ ਮੇਰੇ ਵੀਰ ਨਵੀਂ ਲਹਿਰਾ 2 ਤੇ 3 ਦੇ ਵਿੱਚ ਜਿਹੜਾ ਵੀ ਗਰਾਊਂਡ ਪਹਿਲਾਂ ਖਾਲੀ ਹੋਇਆ ਤੇ ਉਹਦੇ ਵਿੱਚ ਦੁਧਾਲ ਤੇ ਸਹਿਗੜੇ ਦਾ ਮੈਚ ਖੇਡਿਆ ਜਾਵੇਗਾ ਇਹ ਟੀਮਾਂ ਜਿਹੜੀ ਆਪਣੇ ਆਪ ਨੂੰ ਤਿਆਰ ਕਰ ਲੈਣਗੀਆਂ ਪਰ ਸਾਹਮਣੇ ਇੱਕ ਨੰਬਰ ਗਰਾਊਂਡ ਦੇ ਅੰਦਰ ਮੈਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ ਵੀ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼ ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਵਾਜ਼ ਆ ਵਿਸਥਾਰ ਨਾਲ ਦੱਸਿਓ ਪਿਆਰੇ ਬੱਚਿਓ ਤੇ ਪੁਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਦੇ ਤੇ ਅੱਜ ਦੇ ਜਵਾਕਾਂ ਨੂੰ ਆਓ 84 ਭੁੱਲ ਗਈ ਖੌਰੇ ਕਿਹੜੇ ਰਾਜਿਆਂ ਦੇ ਆਓ ਰੱਟੇ ਮਰਵਾਦੇ ਤੇ ਅੱਜ ਦੇ ਜਵਾਕਾਂ ਨੂੰ ਆਓ 84 ਭੁੱਲ ਗਈ ਗੱਦਾ ਬਹੁਤ ਵੱਡੀਆਂ ਕਰਤੀਆਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਇੱਧਰ 12 ਤੋਂ 13 ਨਹੀਂ ਹੁੰਦੇ ਆਓ ਸਰਵੇ ਚੇਂਜ ਆਉਣੀਆਂ ਜਾਂ 12 ਤੋਂ 13 ਹੋਣਗੇ ਓ 13 ਹੋ ਗਏ ਇੱਕ ਤਾੜੀ ਮਾਰੋ ਯਾਰ ਮੁੰਡੇ 13 ਦੀ ਟੱਕਰ ਹੈ ਆਓ ਗਰਾਊਂਡ ਦੇ ਅੰਦਰ ਆਓ ਬਾਈ ਮੁੰਡੇ ਆਪਣੇ ਪਿੰਡ ਮਹਿਮਾਨ ਆਏ ਹੋਏ ਆ ਜੇ ਬਾਕੀਆਂ ਨੂੰ ਮੁੰਡਿਆਂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਤੇ ਤਾੜੀਆਂ ਤੇ ਵੱਜਣੀਆਂ ਚਾਹੀਦੀਆਂ ਨੰਬਰਦਾਰਾ ਨੰਬਰ 13ਵਾਂ ਲੱਗ ਗਿਆ ਜੇ 14 ਹੋ ਗਏ ਨਾ ਇਹ ਢਾਬ ਵਾਲੇ ਨੇ ਪਾਣੀ ਪੀਣਾ ਹੈ ਇਹ ਗੱਲ ਪੱਕੀ ਹੈ ਇਹ ਨੰਬਰ 14ਵਾਂ ਲੱਗ ਗਿਆ ਦੁਨੀਆ ਜੁੜੀ ਹੋਈ ਹੈ ਸੋਚਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਹੈ ਅਨੁਮਾਨ ਲੱਗ ਰਹੇ ਅੰਦਾਜ਼ੇ ਲੱਗ ਰਹੇ ਹੈ ਵੀ ਜਿੱਤਣਾ ਕਿਹਨੇ ਹੈ ਬਾਈ ਜੀ ਮੈਨੂੰ ਲੱਗਦਾ ਲੈ ਵੀ ਜਿਸੇ ਪਾਣੀ ਆਇਆ ਨੀ ਬਾਈ ਭਾਈ ਯਾਰ ਉਧਰ ਪਾਣੀ ਪਹੁੰਚਦਾ ਕਰੋ ਜੀ 3 ਨੰਬਰ ਗਰਾਊਂਡ ਦੇ ਅੰਦਰ ਪਾਣੀ ਵਾਲਾ ਤੇ ਆ ਗਿਆ ਵਿਚਾਰਾ ਰੈਫਰੀਆਂ ਨੂੰ ਪਾਣੀ ਪੀ ਜਾਂਦਾ ਹੈ ਲਈ ਪਾਣੀ ਵਾਲੇ ਜਿਹੜੇ ਖੇਡੀ ਜਾਂਦੇ ਉਹਨਾਂ ਨੂੰ ਪਿਆ ਗਿਆ ਪਹਿਲਾਂ ਭੱਜ ਗਿਆ ਜੀ 3 ਨੰਬਰ ਗਰਾਊਂਡ ਦੇ ਭੇਜ ਦੋ ਮੈਚ ਰੁਕਿਆ ਮੇਰਾ ਬਾਈ ਪਾਣੀ ਭੇਜ ਦੀ ਆਪਾਂ ਵੀਰ ਬਣ ਕੇ ਕਿਉਂਕਿ ਜ਼ੋਰ ਮੁੰਡਿਆਂ ਦਾ ਨਾ ਲੱਗਿਆ ਹੋਇਆ ਲੈ ਵੀ ਭਰਤੀ ਹਰਮਨ ਦਾ ਸਾਹ ਨਾਲ ਸਾਹ ਨਹੀਂ ਰਲਦਾ ਪਾਣੀ ਪਾਉਂਦਾ ਕਰ ਦੋ ਮੇਰਾ ਬਾਈ ਬਾਕੀ ਹਾਂ ਸਾਹ ਦੀ ਵਾਰੀ ਸਵਾਰ ਬਣੀ
ਸਵਾਦ ਖਾ ਗਿਆ ਸਭ ਦੀ ਵਾਰੀ ਸਵਾਦ ਬਣੀ ਹੈ ਸਹੀ ਗੱਲ ਹੈ ਬਾਕੀ ਇਹਨਾਂ ਜੱਟਾਂ ਨੇ ਪੂਰੇ ਸ਼ੌਕ ਪਗਾਏ ਹੈ ਤੇ ਦੁਨੀਆ ਨੂੰ ਦੱਸਿਆ ਵੀ ਮੇਲੇ ਕਿੱਦਾਂ ਕਰਵਾਏ ਜਾਂਦੇ ਹੈ ਬਾਕੀ ਗੱਲਾਂ ਬਾਤਾਂ ਮੁੰਡਿਆਂ ਦੀਆਂ ਜਿਹੜੀਆਂ ਬਹੁਤ ਵੱਡੀਆਂ ਨੇ ਆਹ ਸ਼ਹੀਦਾਂ ਦੀ ਧਰਤੀ ਹੈ ਯੋਧੇ ਸੂਰਵੀਰ ਆਹ ਪੀਰ ਪੈਗੰਬਰਾਂ ਦਾ ਪਿੰਡ ਹੈ ਮੈਲ ਖੁਰ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਮੈਚ ਬਾਕੀ ਚੋਟੀ ਦਾ ਖੇਡਿਆ ਜਾ ਰਿਹਾ ਹੈ ਇਧਰ ਵੀ ਮੁੰਡੇ ਬੱਲੇ ਬੱਲੇ ਕਰ ਰਹੇ ਨੰਬਰ ਤੇ ਹੈਗਾ ਵੀਰੇ ਵਾਲੀਬਾਲ ਬਾਕੀ ਕੱਚੀ 0-0-1 ਬਈ ਬਾਪਾ ਕਹਿੰਦੀ ਵੀ ਮਹਾਮੁਹੀ ਪਿਆਰ ਕਰਦੀ ਆ ਵਾਲੀਬਾਲ ਕੱਚੀ 0-0-1 ਮੈਚ ਤਾੜੀ ਮਾਰੋ ਕੋਰੀ ਜ਼ੋਰਦਾਰ ਭਾਈ ਕੁਕਰੀ ਕਰਨਾਲ ਤੇ ਰਾਜਸਰ ਦੀਆਂ ਟੀਮ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਨੰਬਰ 1 ਦੇ ਵਿੱਚ ਆਉਣਗੇ ਕੁਕਰੀ ਦੀ ਟੀਮ ਆ ਗਈ ਹੈ ਪ੍ਰਧਾਨ ਜੀ ਬਾਬਰ ਦਿਲਪ੍ਰੀਤ ਗਿੱਲ ਸਿੰਘਾਲ ਵਾਲਾ ਕਹਿ ਰਹੇ ਜੇ ਅੰਤਰੀ ਟੀਮ ਜਿੱਤ ਗਈ 5500 ਦੇ ਜਾਣਗੇ ਹਾਂ ਨੰਬਰ 6 ਜੁੜ ਗਿਆ ਨੰਬਰ 4 ਜੁੜ ਗਿਆ ਭਾਈ ਮੇਰੀ ਬੇਨਤੀ ਹੋਣੀ ਵੀਰ ਬਣ ਕੇ ਜਿਨ੍ਹਾਂ ਦਾ ਗਰਾਊਂਡ ਦੇ ਵਿੱਚ ਕੋਈ ਕੰਮ ਨਹੀਂ ਉਹ ਵੀਰ ਬਣ ਕੇ ਵੀਰ ਗਰਾਊਂਡ ਦੇ ਵਿੱਚ ਬਾਹਰ ਚਲੇ ਜਾਣ ਪ੍ਰਦੀਪ ਦੇ ਲਈ ਜਿਹੜਾ ਗਰਾਊਂਡ ਦੇ ਵਿੱਚ ਪਹੁੰਚ ਹੋ ਗਿਆ ਹੈ ਤੇ 2000 ਰੁਪਇਆ ਨਵਾਬ ਦੇ ਲਈ ਬਾਈ ਦੱਸਾਂ ਕਿੰਗਰ ਕੈਨੇਡਾ ਬਾਲੀ ਕੈਨੇਡਾ ਰੁਕੇ ਪੈਦਲ ਭਰਾਵਾਂ ਦੇ ਵੱਲੋਂ 2000 ਕੁਰਸੀਆਂ ਬਾਹਰ ਕਰ ਲੋ ਰੈਫਰੀਆਂ ਤੋਂ ਬਗੈਰ ਮੇਰਾ ਬਾਈ ਰੈਸਰ ਦੀ ਟੀਮ ਆ ਰਹੇ ਜੱਸੇ ਆਓ ਮੇਰਾ ਬਾਈ ਭੰਡ ਕੇ ਬਹਾਦਰ ਗੜੀਆਂ ਥਾਪੀਆਂ ਮਾਰੀ ਜਾਂਦਾ ਪਤਾ ਨੀ ਗੱਲ ਕੀ ਹੈ ਰਵੀ ਅੱਜ ਫਿੱਟ ਫਿੱਟ ਜਾਪਦਾ ਹੈ ਗੱਲਾਂ ਹੋਰ ਗਈਆਂ 2-3 ਨੰਬਰ ਗਰਾਊਂਡ ਦੇ ਵਿਚਕਾਰ ਖੜੇ ਆ ਵੀਰ ਬਿਨਾਂ ਰੈਫਰੀਆਂ ਤੋਂ ਬਾਈ ਜੀ ਉੱਠ ਕਰੋ ਮੇਰਾ ਭਰਾ ਵਾ ਜਿਹੜੇ ਕੁਰਸੀਆਂ ਦੇ ਬੈਠੇ ਆ ਨੰਬਰ ਹਰਿਆਣੇ ਵਾਲੇ ਆ ਹਿੰਦੀ ਚ ਦੱਸ ਉਹਨਾਂ ਨੂੰ ਬਾਈ ਯਾਰ ਅਸੀਂ ਪੰਜਾਬੀ ਬੋਲਦੇ ਹਾਂ ਜੇ ਨਹੀਂ ਸਮਝ ਆਉਂਦੀ ਤਾਂ ਦੱਸ ਦਿਓ ਹਿੰਦੀ ਸਮਝ ਲਿਆ ਉਹੀ ਤਾਂ ਤੈਨੂੰ ਕਹੀ ਜਾਂਦੇ ਵੀ ਹਿੰਦੀ ਵਾਲੇ ਪੰਜਾਬੀ ਨਹੀਂ ਸਮਝ ਲਈ ਹਿੰਦੀ ਦੱਸ ਬੋਲ ਕੇ ਬਾਈ ਜੀ ਆਪਕੋ ਜਹਾਂ ਸੇ ਬਾਹਰ ਆਉਣਾ ਪੜੇਗਾ ਹਿੰਦੀ ਚ ਪੰਜਾਬੀ ਮਿਕਸ ਕਰ ਦਿੰਦਾ ਮੈਂ ਇੰਨਾ ਕਰ ਦਿੰਦਾ ਹੈਲੋ ਦੇਖ ਯਾਰ ਕਿਉਂਕਿ ਸਾਡੀ ਹਿੰਦੀ ਬਾਈ ਜੀ ਦੇਖੋ ਮੈਨੇ ਇੱਕ ਵਾਰ ਬੋਲ ਲਈ ਬਾਅਦ ਮੈਂ ਕੋਈ ਇੱਜ਼ਤ ਮਾਨ ਕਰਨੇ ਆ ਗਿਆ ਨਾ ਪੰਜਾਬੀ ਫਿਰ ਔਖਾ ਹੋ ਜਾਏਗਾ ਉੱਠੀ ਹੋ ਕੀ ਫਾਇਦਾ ਉਸ ਗੱਲ ਦਾ ਕੋਈ ਨੀ ਪਿਆਰ ਨਾ ਆਪਣੇ ਸਾਰੇ ਮਹਿਮਾਨ ਆ ਏਦਾਂ ਨੀ ਪਿਆਰ ਦੇ ਨਾਲ ਅਗਲੀ ਸਰਵੇ ਕਰ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਕਹਿਣੇ ਵਾਲੀ ਆ ਕਹਿੰਦੇ ਗੁਰਜੀਤ ਮੁੰਡੇ ਦੇ ਬਾਹਲੇ ਚੜ੍ਹਦੀ ਹੈ ਖੁੱਲੀ ਵਾਲੀ ਆ ਸਨੀ ਜਦੋਂ ਝੁਕਦਾ ਮੈਦਾਨਾਂ ਤੇਰਾ ਇਲਾਕਾ ਹੈ ਕਿਹੜਾ ਮਾਰ ਕੇ ਖੰਘੂਰਾ ਸੁੱਤਾ ਨੰਦ ਗੁਰਲੀਆਂ ਨੇ ਪਿੰਡ ਵਿੱਚ ਦੀ ਬਾਕੀ ਗੱਲਾਂ ਬਾਤਾਂ ਫੱਟੀਆਂ ਨੇ 2 ਨੰਬਰ ਗਰਾਊਂਡ ਦੇ ਅੰਦਰ ਹੁਣ ਇਕੱਠ ਬਹੁਤ ਜ਼ਿਆਦਾ ਹੋ ਗਿਆ ਲੋਕਾਂ ਦੇ ਅੰਦਾਜ਼ੇ ਹੈ ਵੀ ਚੈਣੇ ਵਾਲੀਏ ਮੁੰਡੇ ਚੱਲਦੇ ਸਮੇਂ ਦੇ ਬਹੁਤ ਵੱਡੇ ਸੁਪਰ ਸਟਾਰ ਹੈ ਤੇ ਉਹ ਬੱਲੇ ਬੱਲੇ ਕਰਾਉਣਗੇ ਪਰ ਉੱਧਰ ਦੀ ਖੁੱਖੜੀ ਕਰਨਾਲ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਬੇਨਤੀ ਹੈ ਮੇਰੀ ਜਿਹੜੇ ਬਾਕੀ ਪਲੇਅਰ ਰਹਿੰਦੇ ਆ ਆਓ ਜੀ ਰੈਫਸਰ ਦੀ ਟੀਮ ਨੇ ਸ਼ੇਅਰ ਕਰਿਓ ਸਭੀ ਬਾਈ ਸ਼ੇਅਰ ਕਰ ਦਿਓ ਰੋਡ ਪ੍ਰਿਆ ਹੈ ਦੱਸਿਆ ਆ ਮਿੱਤਰਾਂ ਉਡੀਕਾਂ ਆਉਂਦੀਆਂ ਤੇ ਪਟਾਕੇ ਹੁਣ ਪੈਣਗੇ ਮੇਰੇ ਮਿੱਤਰੋ ਦੱਸੇ ਨੇ ਵੀ
क्योंकि बहुत वड्डा ते बहुत प्यारा वीर साडी जिंदगी दा है सरबा गंगोरा आल है बाकी गल्लां बातां वड्डियां ने ओह भी ऑलराउंडर ही है मुंडा कबड्डी भी खेडदा है बाकी जेड गल्लां बातां फुटबाल दे विच भी है खेडदा वालीबाल भी है रगबी नहीं खेडी जांदी पिंडां दे विच नहीं ते कहिंदा पौंच भी बल्ले बल्ले करवाउणी सी लै वी मैं तां केरी सरब वेख्या पौंदे कपड़े कौडियां पौंदा ते बाकी भाई बुट्टे नूं पता है गल्लां बातां टकाणी रखी नंबर बारह हुण भी कौडियां पा देंगे सरबे कोले बुढ़ा नहीं होया है सारे पिंड इको ही है भरा बन के हुण तुहाडी कमी है रैफरी नहीं आया मेरी बेनती है टीम नूं भी भरा बन के मुंडे जिहड़े रैफरशिप दीआं सलावां देण दे लई पहुंचण नवाब भाई आओ तां मैच करवा लईए लेट ना करिए जल्दी दे नाल मैच करवा लईए एक तकड़ा मैच है पहले समय दे विच कदे पंड तरजां दा नां चलिआ है गुरदीप वर्गे भरथे वर्गे बहुत तकड़ा खेडे समय समय की गल है अज नवाब वर्गिया का समय सदानी हालात रेंदे माड़े बंदे ते आओ सदा रियो बंदिया चढ़ाइया रेंदिया भी कदे उत्ते कदे थले आओ कदे तेरी बल्ले बल्ले आओ कदे ता संभाले सातो जांदे रोडना हौले ना कमाइया रेंदिया आओ सदानी हालात रेंदे माड़े बंदे ते सदानी बंदिया चढ़ाइया रेंदिया आओ सदानी हालात रेंदे माड़े बंदे ते सदा रियो बंदिया लड्डू अठ मुकाबला तगड़ा खेडा जा रहा है खेडी फिट हों फ्री अंदर गल पदारी की है पटाके पैर गए ज्योति बल सारी तगड़े आए हैं रुपए वाला यार भी आ गया है रुपए वाले आने दिया भी कहते गल्लां बातां वखरियां है अज कहते बिले का वड्डा मान करना है और बिले महल खुरद वाले के वड्डे मान होणगे नवाब रैफरी ला गया ठीक है जी दिया मोटे बलोट वाले अभिषेक नूं कहते सानूं काम बहुत है वीर बन के जाने माल बिंदरा मुल आओ मिठिया दाखा का भी तू की जाने माल बिंदरा आओ मुल मिठिया दाखा रा पटाके पै गए मेरे मित्रों काके खै गए इधर लै वाली साइड बहुत वधिया मैच खेडा जा रहे हैं खेड मैदान दे तगड़ी टक्कर है अंकत बड़ी सोहनी खेड है मुंडे दी जे जट बिगड़ गया बिल्लियां खां दे विच रड़को ये जट बिगड़ गया है ठुली आलिया तकड़ा हो जा लोकी गल्लां करदे मैं आप सुनिया भी एक सदा तारी ते दूजा ठुली आलिया सनी
ਇਹ ਕਹਿੰਦੇ ਆਪਣੀ ਸਾਈਡ ਸੀਲ ਕਰ ਦਿੰਦੇ ਆ ਕਿਸੇ ਦੀ ਬਾਲ ਹੀ ਨਹੀਂ ਖਾਂਦੇ ਇਹ ਦੁਨੀਆ ਗੱਲਾਂ ਕਰਦੀ ਮੈਂ ਆਪ ਸੁਣੀਆ ਖੁੱਲੀ ਵਾਲੀਆਂ ਸੁਣੀ ਖੇਡ ਰਿਹਾ ਹੱਥ ਨਾਲ ਤਾਰੀ ਪੁੱਜਿਆ ਹੋਇਆ ਬੱਬੂ ਬਣੀ ਉਹ ਕਹਿੰਦੇ ਅੱਜ ਵੱਡੇ ਮਾਣ ਸਨਮਾਨ ਕੀਤੇ ਜਾਣਗੇ ਨਾ ਉਸ ਸਾਹਮਣੇ ਇੱਧਰ ਮੈਂ ਜਿਹੜਾ ਫੌਜ ਚੋਟੀ ਦਾ ਇੱਕ ਨੰਬਰ ਗਰਾਊਂਡ ਦੇ ਵਿੱਚ ਦਰਸ਼ ਵੀਰ ਸ਼ੁਰੂ ਹੋ ਚੁੱਕੇ ਆ ਮੁਕਾਬਲਾ ਆਇਆ ਆਪਾਂ ਕਹਿ ਦੀ ਵੀ ਪੂਰਾ ਭਰ ਜੋਗਣ ਦੇ ਉੱਤੇ ਆ ਮੈਚ ਚੋਟੀ ਦਾ ਵੀ ਹਾਲੇ ਤੇ ਸ਼ੁਰੂਆਤਾਂ ਮਿਲਦਾ ਆ ਰੱਬ ਦੇ ਬਖਸ਼ੇ ਕਾਜ ਦੀਆਂ ਵੀ ਬੜੀਆਂ ਲੰਬੀਆਂ ਰਾਹਾਂ ਨੇ ਆਓ ਸਤਿੰਦਰ ਤੋਂ ਸਰਤਾਜ ਦੀਆਂ ਖੁਖਲੀ ਕਰਨਾਲ ਦੀ ਟੀਮ ਜਿਹੜੀ ਮੈਂ ਦੇਖਦਾ ਵੀ ਸੜਕ ਵਾਲੀ ਸਾਈਡ ਹੈ ਦੋ ਤੇ ਤਿੰਨ ਦੀ ਟੱਕਰ ਹੈ ਇੱਧਰ ਅੰਕ ਤੇ ਨੰਬਰ ਹੈ ਦੋ ਦੁਨੀਆ ਜੁੜੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਕੋਈ ਦਾੜ ਦਾੜ ਪਈ ਹੈ ਜਾਂ ਤੇ ਡੱਗਾ ਢੋਲ ਦਾ ਪਾਟੂ ਤੇਰਾ ਲੌਂਗ ਵਾਜੂ ਆ ਗੱਲਾਂ ਬਾਤਾਂ ਵੱਡੀਆਂ ਨੇ ਦੁਨੀਆ ਮੇਰੇ ਵੀਰੋ ਵਾਲੀਬਾਲ ਦੀ ਤੋਪ ਕਹਿੰਦੀ ਹੈ ਜਿਹਨੇ ਸਹਿਜੜਿਆਂ ਦੇ ਵਿੱਚੋਂ ਨਵਾਂ ਮੋਟਰਸਾਈਕਲ ਜਿੱਤ ਕੇ ਤੇ ਚਾਰ ਚਾਰ ਦੀ ਮੇਰੇ ਵੀਰੋ ਵਿਸ਼ਾ ਬਣਿਆ ਨਾਲ ਸਿੰਧ ਵਰਗੇ ਮੁੰਡੇ ਆਏ ਆ ਵੀ ਤੂੰ ਬਾਜ ਨੂੰ ਨੀ ਜਾਣਦੀ ਤੂੰ ਇਲ ਨੂੰ ਨੀ ਜਾਣਦੀ ਵੱਡੀਏ ਮਜਾਜੜੇ ਤੂੰ ਆਓ ਗਿੱਲ ਨੂੰ ਨੀ ਜਾਣਦੀ ਮੁੰਡੇ ਗਿੱਲਾਂ ਦੇ ਆਏ ਹੋਏ ਆ ਇਹਦੇ ਵਿੱਚ ਸ਼ੱਕ ਕੋਈ ਨੀ ਪਰ ਇੱਧਰ ਮੈਂ ਦੇਖਦਾ ਵੀ ਮੇਰੇ ਵੀਰੋ ਉਧਰ ਚਾਰ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਮੈਲ ਖੁਰਦ ਤੇ ਮਾਂਗੇ ਆਉਂਦੀਆਂ ਟੀਮਾਂ ਪੰਜ ਨੰਬਰ ਗਰਾਊਂਡ ਜਾ ਜਾਓ ਜੀ ਸਹਿਜੜਾ ਤੇ ਦੁਲਾਲ ਦੀਆਂ ਟੀਮਾਂ ਸਹਿਜੜਾ ਤੇ ਦੁਲਾਲ ਨਵੇਂ ਨੰਬਰ ਵਾਲਾ ਤੇ ਗੱਲ ਸਿਰੇ ਹੀ ਲਾ ਦਿੱਤੀ ਹੈ ਤੂੰ ਕਿਉਂਕਿ ਉਸਤਾਦ ਦਾ ਭਰਾ ਕਹਿੰਦੇ ਵੀ ਆਪਾਂ ਸਮੇਂ ਨਾਲ ਕੰਮ ਨਿਬੇੜ ਲੈਣਾ ਦੁਨੀਆ ਨੂੰ ਯਕੀਨ ਨੀ ਆਉਣਾ ਹੈ ਖੁੱਲੀ ਵਾਲੀ ਆ ਧੰਨ ਧੰਨ ਕਰਵਾ ਗਿਆ ਮੁੰਡਿਆ ਆ ਸਣੀ ਖੁੱਲੀ ਵਾਲੀ ਆ ਕਮਾਲ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਸਾਹਮਣੇ ਕਹਿੰਦੇ ਮੁੰਡਿਆਂ ਨੇ ਲੈ ਵੀ ਉਸਤਾਦ ਦਾ ਦੁਨੀਆ ਨੂੰ ਬੇਟ ਸੀ ਮੈਨੂੰ ਲੱਗਦਾ ਉਹ ਆ ਗਿਆ ਦੇਸੀ ਜੱਟ ਵੀ ਆ ਗਿਆ ਮੇਰੇ ਮਿੱਤਰੋ ਪੱਲੂ ਪਿਰਾ ਗੋਪਾ ਮੈਨੂੰ ਲੱਗਦਾ ਆਊਗਾ ਚਾਰ ਨੰਬਰ ਗਰਾਊਂਡ ਦੇ ਵਿੱਚ ਤੇ ਜਿਹਨੂੰ ਫੋਰ ਟ੍ਰੈਕਟਰ ਵੀ ਦਿੱਤਾ ਗਿਆ ਆਨੰਦਗੜ੍ਹ ਦੀ ਧਰਤੀ ਲਈ ਖੇਡਦਾ ਹੈ ਤੇ ਨਾਲ ਬਾਈ ਬਿੱਲੇ ਦੇ ਗੁੜੀਆਂ ਯਾਰੀਆਂ ਪੱਲੂ ਪਿੰਡਾ ਗੋਪਾ ਗਿਆ ਦੁਨੀਆ ਪਿਆਰ ਕਰਦੀ ਹੈ ਬੱਲੋ ਵਾਲੇ ਨੂੰ ਆ ਵੀ ਬੱਲੋ ਵਾਲੇ ਜਲਦੀ ਦੇ ਨਾਲ ਥੋੜਾ ਲੇਟ ਤੇ ਜ਼ਰੂਰ ਆਇਆ ਪਰ ਗੱਲਾਂ ਬਾਤਾਂ ਟਿਕਾਣੇ ਲੱਗ ਜਾਣਗੀਆਂ ਸ਼ੇਰੂ ਤੇ ਸੱਜਣ ਮੇਰੀ ਬੇਨਤੀ ਹੈ ਬਾਈ ਜੀ ਚਾਰ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਸ਼ੇਰੂ ਤੇ ਸੱਜਣ ਆਓ ਜੀ ਚਾਰ ਨੰਬਰ ਗਰਾਊਂਡ ਦੇ ਵਿੱਚ ਕਿੰਨੇ ਨੰਬਰ ਹੈ ਤਿੰਨ ਨੰਬਰ ਗਰਾਊਂਡ ਦੇ ਬਾਈ ਜੀ ਗੱਲ ਉਹ ਲਿਆ ਸਾਨੂੰ ਭਰਾਵਾਂ ਨੇ ਨਾਲ ਲੈਣ ਨੂੰ ਕਿਹਾ ਤੇ ਅਸੀਂ ਨਾਂ ਨੀ ਲੈਣਾ ਚਾਹੁੰਦੇ ਭਾਵੇਂ ਤੁਸੀਂ ਪਿੱਛੇ ਬੈਠੇ ਹੋ ਲੈ ਵੀ ਜੋਟੀ ਤੇਰਾ ਨਾਂ ਨੀ ਲੈਣਾ ਚਾਹੁੰਦਾ ਭਰਾ ਬਣ ਕੇ ਕਈ ਯਾਦ ਉਹਨਾਂ ਨੂੰ ਵੀ ਭਰਾ ਬਣ ਕੇ ਕਹਿੰਦੇ ਜਹਾਜ਼ ਤੋਂ ਬਾਹਰ ਹੋ ਜਾਈਏ ਹੱਥ ਜੋੜ ਕੇ ਬੇਨਤੀ ਆ ਤੇ ਜਿਹੜਾ ਕੋਲ ਬਾਈ ਕੁਰਸੀ ਤੇ ਬੈਠਾ ਇਹਦੀ ਕੁਰਸੀ ਜਾਲ ਤੋਂ ਬਾਹਰ ਕਰਾਣੀ ਮੈਨੂੰ ਲੱਗਦਾ ਕੁਰਸੀ ਇਹਨੂੰ ਵਜਨ ਵਾਲਾ ਲੱਗਦਾ ਇੱਥੋਂ ਥੋੜੀ ਜਿਹੀ ਖਸਕਾਈ ਉੱਥੇ ਲੈ ਗਿਆ ਹੈਵੀ ਨੰਬਰ ਵਾਲਾ ਚਾਰ ਤੇ ਪੰਜ ਦੀਆਂ ਟੀਮਾਂ ਆਪਾਂ ਸੱਦੀਏ ਜਲਦੀ ਦੇ ਨਾਲ ਭਰਾ ਬਾਈ ਜੀ ਸਹਿਜੜਾ ਤੇ ਨਾ ਮੇਰੀ ਬੇਨਤੀ ਹੈ ਟੀਮ ਜਿਹੜੀ ਉਹ ਦੁਧਾਲ ਦੀ ਉਹ ਪੰਜ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਦੁਧਾਲ ਬਾਈ ਦੀਪਨ ਉਹਨੂੰ ਮੇਰੀ ਬੇਨਤੀ ਹੈ ਹੜੀ ਹੁਣੀ ਭਰਾ ਸਾਡੇ ਆਓ ਜੀ ਪੰਜ ਨੰਬਰ ਗਰਾਊਂਡ ਦੇ ਵਿੱਚ ਚਾਰ ਚ ਮਾਂਗੇ ਔਰ ਦੇ ਮਹਿਲ ਖੜੂਗੀਆਂ ਟੀਮਾਂ ਖੁਖਲੀ ਕਰਨਾਲ ਦੀ ਟੀਮ ਦੇ ਤਿੰਨ ਨੰਬਰ ਹੈ ਮੇਰੇ ਮਿੱਤਰੋ ਨਾਲ ਸਾਹਮਣੇ ਇੱਧਰ ਕਹਿੰਦੇ ਤਿੰਨ ਤੋਂ ਚਾਰ ਵੀ ਹੋ ਸਕਦੇ ਆ ਰਾਏ ਸਰ ਬੇਨਾ ਠੀਕਰੀ ਵਾਲਾ ਰਾਏ ਸਰ ਚੰਨਣ ਨਾਲ ਬੜੇ ਪ੍ਰਸਿੱਧ ਨਗਰ ਨਾਲ ਸੰਘੇੜਿਆਂ ਦੀ ਗੱਲ ਹੁੰਦੀ ਹੈ ਉਸ ਏਰੀਏ ਦੇ ਵਿੱਚ ਮੁੰਡੇ ਚੱਲ ਕੇ ਆਏ ਆ ਸੰਤ ਰਾਮ ਉਦਾਸੀ ਦੀ ਧਰਤੀ ਹੈ ਵੀ ਧਰਤੀ ਮਾਂ ਤੇਰੀ ਗੋਦ ਨੂੰ
आओ चंद होर बथेरे आओ मरदा रही वे सोर जा कमियां दे बेड़े संतरा मदासी दी धरती है इधर बल्लवाला देसी जट आ गया हर भजन सिंह नाम है दलिया गोपा गोपा कहती है ना रंजीत कौर की अखियां दा तारा है जरनैल सिंह मां दा पुत्र है ते यारी कहते महल खुरताले पिले दे नाल फटे च गड्डे किल वर्गी है पहला मोटरसाइकिल भी बालीवाल दा बल्लो दे गोपे ने जितया है ते पहला स्कूटर रखे कलाल मारे पिंड सब तो पहला वो भी बल्लो दे गोपे ने ना बोलता है 1,51,000 सब तो वध रुपया भी बल्लो वाले गोपे दिया वाला ते लगे है पहली सोने की मुंडी भी बल्लो वाले नु मिली है और पहला फोड़ भी गले गुरदीप गिल वर्गिया ने मेजर भलूर वर्गिया ने जलंधर वर्गिया ने उपे दे मेले ते बल्लो वाले नु दिता है दुनिया का बड़ा मल है नाल नंदगढ़िया जस है मैच कहते 3 नंबर ग्राउंड का भी बहुत तकड़ा है पर ढाल मारे वाले गुरी अर्गे है और पंड खेल रहे तखर वाला पक्के तौर पर मुंडा कहते सीखे आप मुंडे नु दुनिया परौंठे वाला पहलवान कहती है जिन्हें हुण दुनिया हिला देती है ये मुंडा कहते पहलवान अंकित नाम है बहादुर गढ़िया और बल्ले बल्ले करवा गया है उधर पिंड वाले मुंडे भी आए ने रशेद तौर पर धन्यवाद करदा साडे वीरां दा उधर ही धरती दे बल्लो वाले गोपे नु ट्रैक्टर मिलिया है भी साडी हुंदी है मरीर गाना कढ़दी है रोंग नंबर तो आ जे मिस कॉल जे ते थोड़े शहरीए दिंदे ने फोन कट जी है अगो अगला कसूती कढ़े गाल जे ते साडे आओ थोड़े पिंडियां च नाल नहीं कोई खड़दा ते साडे मसले च पैर नहीं पिछा पट दे ते खिगरे दे हुंदे कदे मुल मिल रहे ते मुंडे पिंडां वाले रकाने महंगे भा विकदे पिंडां वाले वीर आए ने 2 नंबर ग्राउंड से बई यूपी शास्त्री की टीम का कोई भी एक रेफरी पहुंचे भाई 2 नंबर ग्राउंड पे मनोज जोधपुरिया जोधपुर की टीम का कोई भी एक खिलाड़ी 2 नंबर ग्राउंड पे रेफरी आए भाई उन्होंने मैच उठे उन्होंने जाना मेरा भाई हो जाओ भज के आओ जी जल्दी दे नाल 2 नंबर ग्राउंड से खेल ग्राउंड के अंदर गल्लां बातां होंदियां ने 6 तरीक नूं पाठां दे विच आउण लगणगियां और 7 तरीक नूं मुंडे घाट वाले खुले सद्दे ला रहे हैं पर इधर 1 नंबर ग्राउंड के अंदर लोगों के अंदाजे है भी राजस्थान वाले मुंडे अज आओ पूरे पूरे फिटां ते बल्ले बल्ले कराउणगे जरूर आ ग्राउंड के अंदर मुकाबला चोटी का खेडा जा रहा है भी फिट सठां दा होर फैसले आओ लाग डाट ते चीकां दे पुत जट्टां दे शौकी हुंदे कमाल दे मैच खेडे जा रहे है बाकी एन मेरे भीर हड़ आया होया आ वालीबॉल दे प्लेयरां दा भाई 4-5 ते आपां मैच चला दिए जल्दी दे नाल बेनती है मेरी टीम आ गई है परथा जी खिला दी है मैं जल्दी परसा दे खेल रहे हैं मेरे ख्याल दे विच 5 नंबर ग्राउंड चल पे 4 नंबर ग्राउंड दे विच मेरी बेनती है लवी जसे घाट घाट केड़ी गल दी है मेरा भाई सीपे भाई कनेडा लिया यार जी चला रैफरी जगह रैफरी जगह जी उधर रैफरी ला दो जी यूपी की टीम का नहीं जोधपुर वाले का लाओ रैफरी उधर जोधपुर की टीम का मैच नहीं हले उसका रैफरी ला दो बाइक है मेरे ख्याल शास्त्री जी एक रैफरी लगा दो उधर जोधपुर का ला दे शास्त्री का लग गया रैफरी इधर जंपी आ गया अच्छा जी हेलो और उधर भरा ने साडे 37 नंबरदार नाल सुमन आया होया बोझ ढिल वाला साडा वीर है ते नाल अमना साडा वीर उबे वाला विशेष तौर ते पहुंचे हुए ने पिंडा दे क्लब बणिया है ते गल जिथे बिल्लिया हक सजदी हुंदी है और साडे वीर कह रहा है भी आपां बिल्ले दा सन्मान जिहड़ा विशेष तौर ते इक बार पेपर नाल करना है ओह सन्मान बिल्ले दा पिंड कीता जाणा सी उबे दी धरती दे
पर बिले कुछ रजूरी रजेवे करके नहीं पुछ गया और अज बनता मान सम्मान जरा बिले दिता जाना है। बिले साढ़े वीर वड्डिया मुबारक ने वे बार के पर सम्मान जरा किया जाएगा। पलू वाला गोबा भी आ गया ग्राउंड नंबर तीन से भी टक्कर वही है। दो नंबर ग्राउंड से भी पंजाब के हरियाणे दीम का मैच है और लोगों की कली कली अख ग्राउंड नंबर एक दे है। लैवी राय सराया दुनिया तोप कहती है मित्रा तेज आही हार रहा मित्रा लोगों ने तोप कहना बंद कर देना है और कुछ ना कुछ करना पैना मित्रा नाम वड्डा बनया होया खाते खोलने पैणगे और बल्ले बल्ले करवानी पैनिया पेचा रवि ना पिया होया पर सामने बाल आउट ते सफलता जेड़ी फेर मेरे मित्रों और सामने कुकड़ी करनाल की टीम के खाते जुड़ गई है। मैच चोटी का और सिरे का मैच जो खेला जा रहा है दोनों टीमों के दरम्यान भी मुल पैण शरीर के जेड़े लाने मेहनत उठ के घर चोर जवाना का और लैजन भरिया मेला लुट के बल्ले 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 चार नंबर दसा देखी भी रहे थे याद नहीं है चार नंबर देखी आ गया रेफरी कोई हेलो मेरे चार नंबर ग्राउंड च रेफरी कोई आया जी नहीं जोधपुर वाले मुंडे लड़ी बहुत दूर तक आती है बाज जोधपुर की टीम ने रेफरी आओ जी चार नंबर च जोधपुर की टीम नाई है एक रेफरी आओ जोधपुर वाले मुंडे जल्दी के नाल एक मिनट का समय चार नंबर च आके मैच कराओ जी जोधपुर की टीम भाई जी जोधपुर वाली टीम का कोई भी खिलाड़ी आवे जी चार नंबर ग्राउंड च लैवी जांच शुरू भज के मेरे भाई ग्राउंड नंबर चार भी शुरू करवा दिए और नाल ही क्वार्टर दी टाइया जोड़िया कटिया जा रही राय सर का जसा और कदे कई मेले मेरे मित्रों जो नाल खेडा रही लोकी गल कर रहे रिया नहीं मेरे मित्रों किसी को फर रहे पर अज मुंडे और जेडे सजरे शरीक बने बैठे है मेरे मित्रों दीकों को दिनों में फेर गया अखियां ऐसी कही पांड हो गई है जिन्हों तरिया के चोग रखा सह सारी उम्र हथा रड़कू तू कंधा कोई बरीक बन गया और यारी लगी तो होता सी खंड वर्गा यारी लगी तो होता सी खंड वर्गा गल कहते अमृता बिरक ने की है और सामने इतने सजरे शरीक बने हुए है जल्दी दस रुपये वाली है नंबर चार तीन चार नंबर अंकित पथरेड़ी की टीम दे तीन नंबर चेने वाली टीम दे चार से तीन की टक्कर है। मैच दो नंबर ग्राउंड का भी बहुत तगड़ा खेडा जा रहा है लेवी बिल्लिया तीन च भी दस दे नंबर किन्ने किन्ने है दस एक बारह दस से बारह की टक्कर है बल्लो वाला आ गया सत्त तो बढ़ के नंबर दस हो गए है हर एक हले भी दो नंबर टीम धौल मायरे की भी बड़ी मनी परवनी टीम है और संता महापुरुषों की कदम से पवित्र धरती राणा साहब का इलाका पैंदा है और मंडे धौल मायरे वाले गुरी अंगे हुए है एक तकड़ा मुकाबला खेल मैदान के खेडा जा रहा है। बल्लो पिंड जट का बल्लो देसी जट का मुल कोई भी बड़ा तकड़ा है पुजा हुआ है हाजी पिंड तू स्ताज कठे बैठ माना इनी मौज मक्की रोटी दी सरों दे साग ते डल जाएंगी साडे पिंड दी लस्सी दा घुट पी के ते मिलके नु भुल जाएंगी गल्लां भगवंत मान ने कीती है। स्ताज वाला सत्ती भी आया होया अपनी हाथी स्ताज वाला भी आया होया ते स्ताज वाले दी बड़ी चढ़ाई है ते मंग भी बहुत है बाकी लोगों के अंदाजे है भी दस तरीक नु बल्ले बल्ले होवेगी जरूर पर सामने मैच आ जिहड़े सिरे ते खेडे जा रहे है खेल दे मैदान ने अंदर जसिया वो गल नहीं बनी ते जिहड़ी गल दे लोगों नु अंदाजे सी हुण बल्ले बल्ले क्यों नहीं पैणी है वड्डे भाई ते दुनिया नु दसना पैणा भी मैनू तोप कहिंदे ते कहिंदे क्यों है इहदे विच शक कोई नहीं पर सामने उधर मुंडे ने कबड्डी गलती कर दिती है आ मुकाबला बड़ा है उधर दो नंबर ग्राउंड के अंदर भी लोगों के अंदाजे है भी मुंडे पथरेड़ी वाले ते आए किसे गल कर की है आ मैदान के अंदर मुकाबला वो भी सोना खेडा जा रहा है गल्लां बातां वड्डियां ने भारती भाई वो कहते साडा
पांच नंबर से मैच बोलिया सी और ता नहीं खेलते बई अच्छी खेलते हूँ ए नहीं पता भी फर्क की है वह फर्क है वीर तले ग्राउंड बई भाई खेती मैच कृपा करके पास सारे सीनियर खिलाड़ियों खेडना पैना जी प्रबंधक वालों हुक्म आया लवी हड़ी खेडो मेरा भाई हूं खड़े है ग्राउंड से सीपा भी खड़ा है रेफरी आ गया वॉलीबॉल कच्ची 0-0 बन गई है सैजड़े दी टीम जावे भी ने मेरी बेनती है भरा बढ़ के गोपा मार दिए जो उडना ग्राउंडा बच्चे सत्ता लोकी कह रहे तूफान बलिए कह रहे तूफान बलिए हौलदार टप्पे उत्ते पा गया पर मुकाबला इधर भी वड्डा खेडा जा रहा है आ मुंडे बल्ले बल्ले करा रहे हैं जसिया तेरी फरनी पैनी है आओ बल्ले बल्ले करानी पैनी है पर बहादुरगढ़ की धरती का केंद्र रवि आया होया नाल अंक आया होया दुनिया पहलवान कहती है भी मेहर थीना जे रब की मेहर हो जाए बंदा मुंड तो आन प्रधान बनना है आ गल्ला सचिया ने चार नंबर ग्राउंड का मैच आप शुरू करवा दिए भाई जी सागर की टीम ने हाथ जोड़ के बेटी ले भी मनोज जाओ आगे मेरा भाई आगे आगे मनोज गुस्सा नहीं करना भरा कोई गल नहीं गुस्सा केड़ी गल दा है गुस्सा ना करी तेन मगरों हाथ मारी है इधर भी दस दी नंबर तीन च किन्ने किन्ने है 14-15 हो गए उधर 10 15 तो 16 हो गया है नंबर लास्ट आ गया बिल्ले ने विसल मार दी है आओ बिल्ले ने विसल मार दी है नंबर जरा लास्ट आ गया क्राउड के अंदर भाई मैच वालों अगला दस दे जी एक मिनट अस ताइया पा ली मतलब उस्ताद जी बूटा उस्ताद जी लोगों के एन मन पसंद जेड़े बुलाए है साडा प्यारा वीर है वड्डा भाई है साडा और भरा भरावान दी बाबा होया करते हैं पिंड जेड़ा कहना होंदा है गल्लां बातां वड्डियां ने भी नैणे वाली है यार मेरा भावे वसदा दूर वतन तो आओ दुनिया फैन है यारां दी यार ने फैन ओदियां बातां दे ते फर्क बड़े ने जंकणे नी थोड़े फर्क है इधर तीन नंबर ग्राउंड का भी एक नंबर कहते बाकी रह गया है विकास फोगाट भाई आया रवा रपा पार कर मारा मोटा जे सवार मैसा काम आया ठंडा जा रखो मैच फिर ही खड़कने ले भी तेंद्रा कह रहे पिंड वाले भी मारा मोटा रौला रप्पा चाहिदा मित्रो पर रेड़ा गुजा कर जंधाड़ा रवि यह लोगों को बड़ा तंग कर रहा है आओ सामने तार जी उलटनी गई है पंडोरी वाला यार नंबर दसी की है लाओ सामने पंडोरी वाला रवि दसी इधर चार तेतर लाटी वरिया ने मेरे वीर कगड़े वर्गिया ने मुंडे ने वाशिंग मशीन जीती है पिछले दिन मेला होया के आ सुर्खियां बटोरिया ने मेरे वीरे जाने पिंड भी वह मुंडे है भी जिन्हे के मेले मुंडे खेड रहे हैं लगभग फाइनल सैमी आओ पक्का खेड रहे हैं ये शक कोई नहीं भी अमृतसर है गुरुआ की धरती मोगे वाले फौज में पाले भरती हूं रोहे न मत्था मार रहे बलोड वे मानस रे चट सुलझो मसला लुधिया ने आटो चंडीगढ़ राशकी मुकना नहीं कदे भी आओ बठिंडे मसला है ये मुकना नहीं कदे भी बठिंडे मसला है मैच का भी चल रहा लड्डू चार नंबर दे विच की कारण है चार नंबर ग्राउंड रेफरी नहीं आया जा टीमा नहीं आई है खड़िया 20 मिनट हो गए मेरा कारण की है यार खेल क्यों नहीं रहे मैनू लगता है
ਸਾਜਰੇ ਦੇ ਪਲੇਅਰ ਰਹਿੰਦੇ ਆ ਮੇਰਾ ਭਾਈ ਨਿਕਲੇ ਚੱਕਰਾ ਲੱਡੂ ਵੀ ਫਿਰ ਇਸ ਆਜੋ ਕੋਈ ਨਹੀਂ ਤਿੰਨ ਨੰਬਰ ਗਰਾਊਂਡ ਦੇ ਨੇੜੇ ਆਜੋ ਭੱਜ ਕੇ ਕਰਾਂ ਭਾਈ ਜੀ ਅੱਗੇ ਹੈਲੋ ਤਿੰਨ ਨੰਬਰ ਗਰਾਊਂਡ ਦੇ ਨੰਬਰ ਦੱਸੋ ਜੀ ਕੋਈ ਇੱਕ ਨੰਬਰ ਹੀ ਬਾਕੀ ਹੈ ਜੀ ਦੂਜੇ ਪਾਸੇ ਕਿੰਨੇ ਆ ਜੀ ਦੂਜੇ ਪਾਸੇ ਦਸ ਨੰਬਰ ਹੈ ਜੀ ਗਿਆਰਾਂ ਹੋ ਗਏ ਉਧਰੋਂ ਸਾਡੇ ਬੜੀ ਸਤਿਕਾਰਯੋਗ ਐਸ ਐਚ ਓ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਉਹ ਪਹੁੰਚੇ ਬਹੁਤ ਬੜਾ ਧੰਨਵਾਦ ਕਰਦੇ ਹਾਂ ਸਾਡੇ ਬੜੀ ਸਤਿਕਾਰਯੋਗ ਐਸ ਐਚ ਓ ਸਾਹਿਬ ਸਰਦਾਰ ਜਗਦੇਵ ਸਿੰਘ ਜੀ ਪਹੁੰਚੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਾਲ ਜੁੜੀਆਂ ਵੀ ਮਾਂ ਦੇ ਉੱਤੇ ਸਤਿਕਾਰ ਸ਼ਹੀਦਾਂ ਸਾਰੀ ਵੀਰਾਂ ਦਾ ਧੰਨਵਾਦ ਬਾਈ ਜੱਸੇ ਉਹਨਾਂ ਦਾ ਬਹੁਤ ਬੜਾ ਧੰਨਵਾਦ ਹੈ ਅੱਜ ਵੱਡੀ ਰੌਣਕ ਜਿਹੜੀ ਲੱਗੀ ਹੈ ਲੈਣੀ ਮੜੀ ਆਈ ਗਿਰਾਂ ਭੱਜ ਕੇ ਤਾਈਆਂ ਕੱਢਦੀ ਮਿੱਤਰ ਅੱਜ ਭੱਜ ਕੇ ਤੈਨੂੰ ਤਲਵੰਡੀ ਵਾਲਾ ਯਾਦ ਕਰੀ ਹਾਂ ਵੀ ਖੰਨੇ ਵਾਲਿਆ ਕੱਢਦੀ ਹੈ ਤਾਈਆਂ ਤੇ ਗੱਲਾਂ ਫੇਰ ਟਿਕਾਣੇ ਲੱਗ ਜਾਣਗੀਆਂ ਬੜੇ ਵਧੀਆ ਮੁਕਾਬਲੇ ਖੇਡੇ ਜਾ ਰਹੇ ਆ ਖੇਡ ਮੈਦਾਨ ਦੇ ਵੇ ਮੈਂ ਸਮਾਪਤ ਆਓ ਵੀ ਲੱਡੂ ਜਲਦੀ ਦੇ ਨਾਲ ਇਸ ਧੌਲ ਮਾਜਰਾ ਧੌਲ ਮਾਜਰੇ ਵਾਲਿਆਂ ਨੇ ਕਹਿੰਦੇ ਬੱਲੋ ਵਾਲਾ ਵੱਡਾ ਮੰਨ ਤੋੜਤਾ ਹੈ ਧੌਲ ਮਾਜਰੇ ਦੀ ਟੀਮ ਵੀ ਬੜੀ ਤਕੜੀ ਹੈ ਧੌਲ ਮਾਜਰੇ ਵਾਲੇ ਜਿੱਤ ਰਹੇ ਹੈ ਮੇਰੀ ਬੁਰੀ ਇੱਕ ਰੈਫਰੀ ਆ ਜੋ ਆਓ ਧਦਾਲ ਤੇ ਸੈਡਾ ਬੰਨ ਟੀਮ ਆ ਜਾਓ ਜਲਦੀ ਦੇ ਨਾਲ ਹੈਲੋ ਤਿੰਨ ਨੰਬਰ ਗਰਾਊਂਡ ਦੇ ਵਿੱਚ ਆ ਜਾਣ ਦੁਧਾਲ ਦੇ ਨਾਲ ਸਹਿਜੜੇ ਦੀਆਂ ਟੀਮਾਂ ਹਾਂਜੀ ਨੰਬਰਦਾਰ ਜੀ ਲਾਈਵ ਵਾਲੇ ਇੱਧਰ ਬਾਈ ਜੀ ਅਸੀਂ ਟਾਈਆਂ ਕੱਢਣ ਲੱਗੇ ਹਾਂ ਕੁਆਟਰ ਫਾਈਨਲ ਮੈਚਾਂ ਦੀਆਂ ਕੱਢ ਦਿਓ ਜੀ ਟਾਈਆਂ ਲੈ ਵੀ ਪੇਪਰਾਂ ਕੱਢ ਦਈਏ ਟਾਈਆਂ ਤੇ ਖੰਨਾ ਸ਼ੂਟਿੰਗ ਵਾਲੀਬਾਲ ਦੇ ਜ਼ਰੀਏ ਲਾਈਵ ਟਾਈਆਂ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ ਹੈ ਸਹੀ ਹੈ ਜਿਹੜੀ ਜਿੱਤੂਗੀ ਗਰਾਊਂਡ ਨੰਬਰ ਇੱਕ ਤੋਂ ਉਹ ਖੇਡੂਗੀ ਜੀ ਧੌਲ ਮਾਰ ਦੀ ਟੀਮ ਦੇ ਨਾਲ ਲੈ ਵੀ ਜੋ ਪ੍ਰਿਆ ਬਾਈ ਕਰਾ ਲਈ ਮੈਂ ਜਲਦੀ ਦੇ ਨਾਲ ਲੈ ਵੀ ਦਿੱਪੇ ਬਾਈ ਖੇਡੋ ਹੁਣ ਤੇ ਕੋਈ ਚੱਕਰ ਨਹੀਂ ਬਲੋਟ ਤੇ ਜੁੱਬੀ ਸ਼ਾਸਤਰੀ ਮੇਰੇ ਮਿੱਤਰੋ ਕੀ ਬਾਤ ਹੈ ਜੋਨ ਪ੍ਰਿਆ ਜੋਨਪੁਰੀਆ ਤੇ ਜਿਹੜੀ ਰਿਤੂ ਗਈ ਉਦੋਂ ਪੰਜ ਨੰਬਰ ਗਰਾਊਂਡ ਜੋ ਮੈਂ ਖੁਰਤੇ ਮਾਂਗਾ ਨੂੰ ਜਿਹੜੀ ਜਿੱਤ ਗਈ ਉਹ ਜੋਨਪੁਰ ਨਾਲ ਖੇਡੂਗੀ ਮੇਰੇ ਵੀ ਉਹ ਜੀ ਜਿਹੜਾ ਦੁਧਾਲ ਚੋਂ ਤੇ ਸਹਿਜੜੇ ਚੋਂ ਜਿੱਤ ਗਿਆ ਤੇ ਉਹ ਚੈਨਿਆਲ ਤੇ ਜਿਹੜੀ ਟੀਮ ਪਥਰੇੜੀ ਚੋਂ ਜਿੱਤੂ ਉਹਦੇ ਨਾਲ ਖੇਡੂਗਾ ਜੀ ਸਾਰੀਆਂ ਟੀਮਾਂ ਆਪਣੇ ਆਪਣੇ ਮੈਚ ਦਾ ਰੋਡ ਕਰ ਲੈਣਗੇ ਮੈਚ ਲਾ ਲਈਏ ਭਰਾ ਬਣ ਕੇ ਆਪਾਂ ਹੁਣ ਨਿਕਲੀ ਉਹ ਕਰਤਾ ਕੱਚੀ 001 ਵੀਰੇ ਹਾਂ ਖੜੀ ਏਦਾਂ ਸੀਤਾ ਸੀਤਾ ਆਪੇ ਆ ਜਾਓ ਖੇਡੋ ਕੋਈ ਗੱਲ ਨੀ ਸੀਤਾ ਜੈਲਦਾਰ ਜੀ ਆ ਜਾਓ ਤਾਂ ਆਮ ਦਾ ਨਿੱਟ ਵੀ ਬਦਲਤਾ ਹੁਣ ਕਾਹਦੀ ਦੇਰੀ ਹੈ ਸੀਤਾ ਜੈਲਦਾਰ ਸਾਡਾ ਵੀਰ ਕੱਲੇ ਕੱਲੇ ਖਿਡਾਰੀ ਨੂੰ ਜਦੋਂ ਆਪਾਂ ਬਾਜਾ ਮਾਰਦੇ ਹਾਂ ਸਵਾ ਖਰਾਬ ਹੁੰਦਾ ਸਾਰੇ ਖਿਡਾਰੀਆਂ ਨੂੰ ਪਤਾ ਵੀ ਆਪਣਾ ਮੈਚ ਆਪ ਹੀ ਆ ਜਾ ਕਰੋ ਵੀਰ ਬੰਦੇ ਬਾਈ ਜੀ ਜਿਹੜੀ ਪੂਰੀ ਹੋਈ ਉਹ ਠੀਕ ਹੈ ਜੀ ਜਿਹਦਾ ਪ੍ਰੇਅਰ ਘੱਟ ਹੋਊਗਾ ਪ੍ਰਬੰਧਕ ਕਹਿੰਦੇ ਉਹ ਨੰਬਰ ਕੱਟਾਂਗੇ ਬਾਈ ਕੋਈ ਨੀ ਕੋਈ ਨੀ ਆ ਗਿਆ ਜੈਲਦਾਰਾਂ ਦਾ ਮੁੰਡਾ ਦੂਰੋਂ ਆਇਆ ਥੋੜਾ ਜਿਹਾ ਤਾਂ ਭੱਜਿਆ ਆਉਂਦਾ ਆ ਜਾ ਭੱਜ ਕੇ ਗਿਆ ਬਹੁਤ ਤਕੜਾ ਮੈਚ ਹੈ ਸੱਲਾਂ ਉੱਪਰ ਭਾਰੇ ਨੱਚਣ ਬੱਦਲ ਵਿੱਚ ਅਸਮਾਨਾ ਹੋ ਕੁੜੀਆਂ ਹੋ ਤ੍ਰਿੰਜਨ ਕੱਠੀਆਂ ਖਿਡਾਰੀ ਵਿੱਚ ਮੈਦਾਨਾ ਅੱਜ ਮਹਿਲ ਖੁਰਦੇ ਵਿੱਚ ਕਹਿੰਦੇ ਵੱਡੇ ਵੱਡੇ ਖਿਡਾਰੀ
आए हुए है, तकड़े मैच खेले जा रहे हैं। ये इलाका नंबरदारा बड़ा प्यार करता है खेडा नू, अज कठ भी देखने योग है, इन्ना कट ते हरियाणे दे विच देखण नू मिलदा है, नहीं इन्ना कट कदे पंजाब दे विच नहीं देखिया है, अज ते कट भी कदे टॉप दा है, दुनिया दूर दरांडे तो आई हुई है। वेला कीने जितना है, ओ सकते रहनी है, वेला कीने जितना सकते रहनी है, मेला मैल खुरदा ताकते पैनी है, वाकई ताका जो दूर दरांडे पई हुई है। मैच दो नंबर ग्राउंड का भी बहुत तकड़ा है, रवि बैयालिया मंदिर से दस मुंडे नंबर किन्ने किन्ने हो गए है। हेलो उधर साडे दरम्यान एस एच ओ सरदार जगदीप सिंह जो साडे दरम्यान पहुंचे उन्होंने असि इतने पहुंचने पे जेड़ा बहुत वड्डा स्वागत करते जी नूं आखदे है, और ड्यूटियां गहराइयां दे विच सामने मैच भी जेड़े सोहणे खेडे जा रहे है खेलते मैदान के अंदर, पर लोग वेखे होंगे मेरे भीर आप कह दिए भी वड्डे अंदाटियां ते वड्डे उल्ट फेर जेड़े अज हो गए जरूर इस वड्डे मेले के उत्ते, दुनिया कहते जुड़ बैठी है आ मेला भर जुगर के उत्ते है। बरलाल जी जी उत्तर कोई मैच है तो आप बोल दीए, ग्राउंड खाली हो गया पांच नंबर सर जरूर है तो बोल दो जी। एक नंबर ग्राउंड दे विच जिहड़ा इक अगला मैच हो रहा भीरे जोधपुरिया ते मैल खुर्द दो ते जिहड़ा मैच खेडा जाएगा बलौर ते यूपी शास्त्री, ये टीमां जिहड़ियां नोट रखण इह हले तक भाई दो जिहड़े नट्टां दे साडे कोले मैच आया ते असीं दोने मैच बोल दित्ते है ते तीजे बारे हले डिस्कस जिहड़ी चल रही है, पर सामणे आओ दस्या मुंडे घरे आके कुटन वाली गल कर रहे हैं, आ मैच चोटी का खेडा जा रहा है खेड मैदान के अंदर, मैच चोटी का भी मुंडे दंड बैठका मारो कुड़ियो अपना रूप सवारो तुहानू की मजबूरी है, आओ बाकी दे काम बाद च पहला से जरूरी है, आओ बाकी दे काम बाद च पहला से जरूरी है। लै वी उस्ताद जे कितें जस्सा हर गया ना ते लोकां ने कहना मुंडे घरे आके हरा गए, ਜੋਤੀ ਕਿੰਨੇ ਨੰਬਰ ਹੋ ਗਏ ਜਾਦੂ ਪੰਜ ਦੀ ਟੱਕਰ ਹੈ, ਸੱਤ ਜਿਹੜੇ ਨੰਬਰ ਉਹ ਚੈਣੇ ਆਲਦੇ ਹੈ ਮਿੰਡੀ ਸ਼ਰਮਾ ਕਲੱਬ ਦੇ ਤਿੰਨ ਪਰੌਂਠੇ ਦੀ ਕੋਈ ਬਾਲੀ ਵੱਡੀ ਗੱਲ ਨਹੀਂ, ਮੈਨੂੰ ਲੱਗਦਾ ਨਾ ਇਹ ਮੁਲਾਜ਼ਮ ਵੀ ਹਲੇ ਵੀ ਤੂੰ ਹਰਿਆਣੇ ਚ ਜਾਂਦਾ ਰਹਿਣਾ ਬੂਟੇ ਧਿਆਨ ਰੱਖੀ ਮਿੱਤਰਾ, ਇਹ ਬਾਈ ਪੁਲਿਸ ਆਫਿਸਰ ਹੈ ਮੁੰਡਾ ਤੇ ਗੱਲਾਂ ਬਾਤਾਂ ਵੱਡੀਆਂ ਨੇ ਮੁੰਡੇ ਦੀਆਂ, ਬਾਕੀ ਮੈਂ ਤੇ ਰੇਲ ਤੇ ਜਾਂਦਾ ਹੁਣ ਨਾ, ਬਾਕੀ ਫਿਰ ਫੇਰ ਤੇ ਇੱਕ ਵੀ ਲੋੜ ਦਾ ਕੰਮ, ਬਾਕੀ ਮੈਚ ਵੱਡਾ ਹੈ ਇਧਰ ਪੰਜਾਬ ਪੁਲਿਸ ਵਾਲੇ ਵੀਰ ਵੀ ਆਏ ਆ ਤੇ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ। ਹੈਲੋ ਵੀ ਪਰ ਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ, ਇਹ ਤਿੰਨ ਖਾ ਗਿਆ। ਹੈਲੋ ਰਵੀ ਹੁਣ ਇੱਥੋਂ ਆਇਆ ਢਾਬਾ ਸੀ ਬਈ ਉਹ, ਇੱਕ ਮਿੰਟ ਜੀ ਰਵੀ ਨੰਬਰ ਦੱਸੀ ਯਾਰ ਇੱਕ ਵਾਰੀ ਪਹਿਲਾਂ, ਦਸ ਦਸ ਹੈਗੇ ਜਿਹੜੇ ਖੁਖਰੀ ਕਰਨਾਲ ਦੇ ਨਾ ਤੇ ਪੰਜ ਨੰਬਰ ਐਸਰ ਦੀ ਟੀਮ ਦੇ ਆ, ਵਾਕਈ ਬਹੁਤ ਵੱਡੀ ਗੱਲ ਹੈ ਪਰੌਂਠੇ ਖਾ ਗਿਆ ਆ ਜਿਹੜੇ ਹੁਣ ਬਾਲ ਮਾਰੀ ਹੈ ਕਦੇ ਭਰਵਾਨ ਵੱਜਦੇ ਜਹਾਜ਼ਾਂ ਦੇ ਨੀ ਕਦੇ ਵੜੇ ਵੱਜਦੇ ਨੰਬਰਦਾਰਾ ਕਰਮੈਸਤਾਰ ਮੁੰਡਿਆਂ ਦਾ
ਪਰ
ਪਹਿਲਾਂ ਦੀਆਂ ਹੁੰਦੀਆਂ ਖੇਡਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ। ਬਿਲਕੁਲ ਸਹੀ ਫੈਸਲਾ। ਔਰ ਸਾਡੇ ਮਨਜੀਤ ਸਿੰਘ ਜੀ ਚੇਅਰਮੈਨ ਸਾਹਿਬ ਕਿਰਪਾ ਕਰਕੇ ਸਟੇਜ ਤੇ ਆ ਜਾਓ ਜੀ। ਸਾਡੇ ਦਰਬਾਰ ਵਿਸ਼ੇਸ਼ ਤੌਰ ਤੇ ਪੁੱਜੇ ਨੇ ਮਨਜੀਤ ਸਿੰਘ ਜੀ ਚੇਅਰਮੈਨ ਸਾਹਿਬ ਸਾਡੇ ਦਰਮਿਆਨ ਨੂੰ ਜਿੱਤੇ ਧਰ ਦੇ ਆਏ ਹੋਏ ਨੇ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰ ਰਹੇ ਆਪਾਂ। ਔਰ ਗੱਲਾਂ ਵੱਡੀਆਂ ਹੋਣ ਗਈਆਂ। ਲੈ ਰਵੀ ਪੁਆਇੰਟ ਖਾਂਜੇ ਕਰੀ ਵੀਰੇ ਕਿੰਨੇ ਕਿੰਨੇ ਹੋ ਗਏ? ਪੰਜ उधर आप रेफरी चेंज कर दिए। मेरी बेनती है और सामने भलवान मेरे मित्रों बल्ले 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 हाथ निकलिया सारा मेला तो लुटिया तेन किसे गबरू ने लुट लेना है। लैवी बई दो मल ढिरदे दे एक ने ढहे हुंदा पर बई यार जिहड़ा एक नंबर ग्राउंड वाले मैच का नजारा होया एक बारी दोनों टीमां ने ताड़ी मारो जोरदार मेरे भी बन के सवेरा मैच नंबर एक हो जुड़ गया रवी जोधपुरिया मैल खुर्द टीमा एक नंबर ग्राउंड चाहिए जोधपुरिया मैल खुर्द कोच आओ तेन बारी दूरों लेके आए हैं मित्रा कुछ ना कुछ करना पैना नागर आया दुनिया जादूगर कह भी है जे इतों मैच जितो तो गल फिर हो गया राजसर एक टप्पा पाना पैना मित्रा और नहीं रे गेम हथों निकलनी जाती है और गल हो गया भी पेंडे दूर पछाड़ा दे आगे खड़ी राह पुछ रही और पुछ रही राव रावे आओ हल कोई करना पैना जसा नहीं दे राजसर तेन आया गुआ चिंतपुर नहीं जाना हो बाटा दूर दिया लगन गिया नंबर जोड़ना पैना बी पांच तो छे करने पैण गए आओ खेल के मैदान खिंचती होगी डॉक्टर कह दिया दुनिया आज टीका कोई भरके लाया नहीं आओ गड्डी फिट नहीं लगती पर मुंडा कहे रवि है पर कहे बड़ा फिट फिट जापरा दुनिया नू भी अज रवि आई ते आया होया है अज किसे नू सुका नहीं जानता जिन्हे हिसाब चली जाता ना अज नहीं किसी सुका जा रहा बहादुर जड़िया रवि मेरे मित्रों पक्या डोनिया साझे मुंडे दिया बदली होगी फिर की कहना है लवी तलवंजी वेख ए भले 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 होगी मेरे मित्रों रवि फेर आओ बहादुर गड़िया ने किरे किरे चल जित मारी मोटी ताड़ी मार के नसवेर मुंडे नु हौसला दो क्योंकि कमाल की है मुंडे ने बहादुर गड़िया मेरे बिलकुल कोई नवी टीम फोन ला देगी आप रवि खेडना है ये कह देता बई कोई गल नहीं खेड लागी बिलकुल जिड़िया टीमां ने हथ नहीं लाने आंदे उन्हां जी मैं खेडदा देखे प्यार है निवल है नहीं खिलाड़ी कह देंगे बई दसांगे बाद हूं बंद हो बहादुरगढ़ कितने पिंड है और जो किसान दिल्ली धरना चलिया तो बहादुरगढ़ लोगों ने खराता जिम्मे रहता जाना हों बहादुरगढ़ है पर सफलता मेरे मित्रों खेल के मैदान पर अच्छा मुंडे ने दसा लोगों भवान कि शहर का नाम है गवाती बाई जी उधर रैफरी का रोला पाओ गल की है जाओ मेरा भी एक बंदा यार उसे भरा एक मिनट गुरजीत रोक दो मेरा वीरवार आवाज आता कोई गल नहीं मेरा भी रोक दे आओ जी तीन नंबर ग्राउंड से भी मैच चोटी का इधरले पासे लास्ट नंबर है जिता हारा के फैसले
और बाबा कहने मेरे मित्र वो लभ लिया जी जी कहने टोपी वे वे भर दे रहे आ मुंडे ने कहने वो तो टूना करवाया है जिनी वे वे चौकी भर रहे लास्ट नंबर है जिता हारा के फैसले ने एक पॉइंट की खेड बाकी है और सामने मेरे मित्रों नंबर कौन जोड़ के बल्ले बल्ले करा देगा इन्हें थोड़े समय में पता लग जाना और सामने रायसर वाला जसा ते जां नागरे का तिरथी जां कोट नंबर जोड़ूगा पर जे कभी प्रभाव के डिगे आ गई है तो पैरा थफड़ी है ये गल पक्की है भी जेडे डिगे आ गई एक अभी बाल मेरे मित्रों मेरे मित्रों पटकाना पटाका ही है पटाका बहुत तगड़ा पैना है मेरी बेनती है जल्दी देने आ हेलो भाई उनके कुर्सी लड़ के बोलिया तो इधर हूं आया मनोज इधर आया तू भाई ज्योति बटोरी जेड़े अपने पिंडे पिंडे पुराने सीनियर प्लेयर उन्होंने मान सम्मान जरा किया जा रहा जी प्रबंधक कमेटी वालों जिदा जिदा मैं आवाज मारना चाहूंगा तुम मेरी बेनती अपना सम्मान जरा जरूर प्राप्त कर लेंगे हरमेल सिंह गिल जी बप्पा जी उन्होंने मेरी बेनती है अपना सम्मान जरा प्राप्त कर लेंगे जी हरमेल सिंह बप्पा जी अकबर अली साढ़े अकबर जी उन्होंने मेरी बेनती है अकबर अली बड़ी सत्कार होगा भी अपना सम्मान जरा प्राप्त कर लेंगे हेलो गुरदीप सिंह जी पहलवान आके मैच कराए भाई पहलवान अमन काला करवान है भाई जी जिन्हें सीनियर प्लेयर है मैं आवाजा मार रहा जा रहे जी रवि थोड़े ही पॉइंट रहते रवि शाही भज गए मेरा वीर बन के उधर करा दी मैच अपना हम तो साढ़े मास्टर जी राज साडे मास्टर जी राजगढ़ वाले पिछे जान पहचान के मिथाज जी सारे वीर नाल है एक यादगारी तस्वीर भी होगी जिंदगी कैमरा थोड़े इधर कर लिए सम्मान प्राप्त किरदे नाल कीता जा रहा है ठीक है जी उधरों हरमेल सिंह जी बापा जी उन्होंने मेरी बेनती और सम्मान प्राप्त करे नाल ही अकबर अली जी गुरदीप साडा बड़ा भाई सुनील शर्मा जी गुरप्रीत लारा जी अमनदीप अमरा जी नाल प्रितपाल सिंह जी आओ जी सारी मान योग सत्कार सीनियर सीनियर प्लेयर जी साढ़े हरमेल सिंह मप्पा जी अकबर अली जी गुरदीप बड़ा भाई सुनील शर्मा जी गुरप्रीत लारा जी अमनदीप अमरा प्रितपाल सिंह जी इन्होंने मेरी बेनती आओ जी अपने सम्मान प्राप्त दे रहे करो जी गुरी सूही कनेडा अपनी मित्र मंडली के नाल साडा वीर पुजा होया है इस पिंड बड़िया गूढ़िया रिश्तेदारियां ने साडे वीर दियां और अज चेचे तौर के नाल मैचां नूं वेखण दे लई वीर साडा पुजा है मैं ते तहे दिलों धन्नवाद करदा साडे मित्र दा ਲੈ ਵੀ ਵੀਰੇ ਆਪੋ ਆਪਣੇ ਸਨਮਾਨ ਪ੍ਰਾਪਤ ਕਰੋ ਜੀ ਜਿਹੜੇ ਭਰਾਵਾਂ ਦੇ ਸਨਮਾਨ ਬੋਲੇ ਨੇ ਇਹ ਸਾਰੇ ਵੀਰ ਆਪੋ ਆਪਣੇ ਸਨਮਾਨ ਜ਼ਰੂਰ ਲੈ ਕੇ ਜਾਓ ਜੀ
ਧਰਫਾ ਮਹਿਰ ਸਿੰਘ ਇੱਕ ਵਾਰੀ ਸਟੇਜ ਤੇ ਆ ਗਏ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬਾਈ ਔਰ ਕਰਮਵੀਰ ਵੀ ਭਰਾ ਸਾਡਾ ਪੁੱਜ ਆਇਆ ਸਾਰਨ ਵਿਸ਼ੇ ਧਰ ਦੇ ਧੰਨਵਾਦ ਵਾਲਾ ਜੀ ਕਰਮਵੀਰ ਤੇਰਾ ਵੀ ਇੱਥੋਂ ਪੁੱਜਣ ਦੇ ਮਿੱਤਰਾਂ ਸੁਨੀਲ ਸ਼ਰਮਾ ਜੀ ਵੱਡਾ ਬਾਈ ਗੁਰਦੀਪ ਸਾਡਾ ਗੁਰਦੀਪ ਬਾਈ ਜੀ ਆਓ ਸਟੇਜ ਤੇ ਮੇਰੀ ਬੇਨਤੀ ਹੈ ਹਰਦੇਵ ਸਾਡੇ ਜੀ ਨੰਬਰ ਕੋਮਨ ਹੈ ਨਾ ਤੇਰਾ ਨਾ ਮੇਰਾ ਮੇਲਾ ਸਾਰੀ ਦੁਨੀਆਂ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਆ ਮੇਲੀ ਬਣ ਕੇ ਦੇਖ ਮੇਲੀਆ ਯਾਰਾਂ ਦਾ ਆਓ ਜੀ ਪ੍ਰਿੰਸੀਪਲ ਦੀ ਉਹ ਵੀ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲੈਣਗੇ ਮਾਫੀ ਚਾਹੁੰਦੇ ਵੱਡੇ ਬਾਈ ਗੁੱਟੇ ਤੋਂ ਹਰਮੇਲ ਸਿੰਘ ਮੱਪਾ ਜੀ ਗੁਰਦੀਪ ਗੁਰਦੀਪ ਬਾਈ ਸਾਡਾ ਗੁਰਦੀਪ ਵੱਡਾ ਬਾਈ ਆ ਜਾਵੇ ਆਓ ਜੀ ਇੱਧਰ ਗੁਰਦੀਪ ਸਾਡਾ ਵੱਡਾ ਬਾਈ ਹੈ ਮਹਿਲ ਖੁਰਦਾਰਾ ਉਧਰੋਂ ਹਰਮੇਲ ਸਿੰਘ ਮੱਪਾ ਜੀ ਬੜੇ ਸੀਨੀਅਰ ਪਲੇਅਰ ਆਏ ਘੱਟੋ ਘੱਟ ਮੈਨੂੰ ਲੱਗਦਾ ਵੀ ਭਾਰਤੀ ਬਾਈ 30 ਤੋਂ 35 ਸਾਲ ਬਾਈ ਨੇ ਬਾਲੀ ਵੱਲ ਖੇਡੀ ਹੈ ਉਹਨਾਂ ਸਨਮਾਨ ਜਿਹੜਾ ਕੀਤਾ ਗਿਆ ਬਹੁਤ ਬੜਾ ਧੰਨਵਾਦ ਬਾਈ ਇੱਕ ਚ ਮੈਚ ਕਰਾ ਲਈ ਆਪਾਂ ਜਲਦੀ ਮਹਿਲ ਖੁਰਦਾ ਵਾਲੇ ਮੁੰਡੇ ਵੀ ਆ ਗਏ ਹੈ ਹੁਣ ਦੇਰੀ ਕਾਹਦੀ ਹੈ ਮੈਚ ਕਰਾਈਏ ਰੈਫਰੀ ਸਾਹਿਬ ਇੱਕ ਨੰਬਰ ਗਰਾਊਂਡ ਦਾ ਮਨੋਜ ਕਈ ਭਰਾ ਨੂੰ ਵੀ ਕੁਰਸੀ ਬਾਹਰ ਹੀ ਡਾਉਣੀ ਪੈਣੀ ਹੈ ਜਿਹੜਾ ਤੇ ਛੋਟੇ ਵਾਲਾ ਸ਼ੁਭਮ ਜੀ ਲਾਈ ਵਾਲੀ ਸਾਈਡ ਹੋ ਜਾਓ ਮੇਰਾ ਬਾਈ ਤੁਸੀਂ ਰਹਿਣਾ ਮੇਰਾ ਬਾਈ ਬਾਈ ਨੂੰ ਕਹਿ ਦਿਓ ਸਟੇਜ ਤੇ ਆ ਜਾਵੇ ਬਾਈ ਬਾਈ ਆ ਜਾਓ ਜੀ ਇੱਧਰ ਕੁਰਸੀਆਂ ਲੱਗੀਆਂ ਇੱਧਰ ਬੈਠੋ ਕੋਈ ਗੱਲ ਆਓ ਜੀ ਨਿਵਾਰ ਤੋਂ ਆ ਜਾ ਮਿੱਤਰਾਂ ਔਰ ਗਰਾਊਂਡ ਚ ਮੈਚ ਬਹੁਤ ਤਕੜਾ ਲੱਗਣਾ ਹੈ ਪਟਾਕੇ ਪੈਣਗੇ ਹੋਏ ਲਾਉਣੇ ਵੀ ਜਾਣ ਵਾਲੇ ਵੀ ਪਿੰਡ ਆ ਗੱਲ ਮਾਰ ਦੇਣੀ ਆ ਮਿੱਤਰਾ ਜੇ ਕਿਤੇ ਗੱਲ ਲੱਗ ਗਈ ਟਿਕਾਣੇ ਨੰਬਰ ਦੁਆਰਾ ਇਹਦੇ ਕਿਸਮਤ ਬਣਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਵੀ ਮੱਛੀਆਂ ਦੇ ਜਾਲ ਵਿੱਚ ਫਸੇ ਨਾ ਸੱਤ ਹੋਏ ਮਾਰੀ ਸੁੱਧ ਉੱਤੇ ਉਸਤਾਦ ਵੱਜਦੀ ਰੌਣ ਹੱਥ ਹੋਏ ਮੇਰੇ ਬਣ ਕੇ ਬਥੇਰਿਆਂ ਨੇ ਪਾਇਆ ਨੀ ਉਹ ਮੁੱਲ ਮਾਰੀ ਜੇ ਨਾਲ ਕਰਦੀ ਰਹੀ ਸੀ ਜੂੜੀਆਂ ਮੇ ਕੱਪ ਦੀ ਡਿਊਟੀ ਕਦੇ ਫੇਰ ਚਮਕਾਵੇ ਨਾ ਲੇਖ ਚਮਕਾਉਣ ਕਿਸਮਤ ਪੁੜੀਆਂ ਮੇ ਕੱਪ ਦੀ ਡਿਊਟੀ ਕਦੇ ਫੇਰ ਚਮਕਾਵੇ ਨਾ ਲੇਖ ਚਮਕਾਉਣ ਕਿਸਮਤ ਪੁੜੀਆਂ ਸਹੀ ਗੱਲ ਹੈ ਹਾਏ ਮੈਚ ਕਹਿੰਦੇ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਤਗੜੀ ਟੱਕਰ ਖੇਡੀ ਜਾ ਰਹੀ ਹੈ ਦੁਨੀਆਂ ਦੇ ਵੱਡੇ ਵੱਡੇ ਮੱਲ ਜਿਹੜੇ ਹੋਏ ਹੈ ਮੈਚ ਦੋ ਨੰਬਰ ਦਾ ਵੀ ਇੱਕ ਇਤਿਹਾਸ ਬਣਦਾ ਜਾ ਰਿਹਾ ਹੈ ਪ੍ਰਿਆ ਤਕੜਾ ਹੋ ਜਾ ਬੋਲ ਤੇ ਕੋਕਰੀ ਵਾਲੇ ਸਰਪੰਚ ਨੇ ਮੀਡੀਆ ਦੇ ਵਿੱਚ ਵੀ ਕਹਿੰਦੇ ਮੁੰਡੇ ਦੀ ਬੜੀ ਚੜ੍ਹਾਈ ਹੈ ਪਰਿਵਾਰ ਦਾ ਇੱਧਰ ਦਿੱਲੀ ਵਾਲਾ ਹੋਈ ਪਈ ਹੈ ਉਹ ਕਮਾਲ ਕਰਦਾ ਪਿਆ ਮੁੰਡਾ ਮੁਕਾਬਲਾ ਬਹੁਤ ਤਕੜਾ ਹੈ ਰਵੀ ਜਦ ਤੋਂ ਨੰਬਰ ਲਾਸੇ ਕਰੀ ਕਿੰਨੇ ਹੈ ਹੈਲੋ ਰਵੀ ਬਹਾਦਰਗੜ੍ਹ ਔਰ ਨਾਲ ਹੀ ਵਰਿੰਦਰ ਚਾਂਗਲੀ ਸਾਡਾ ਵੀਰ ਗੁਰਪ੍ਰੀਤ ਲਾਰਾ ਨਾਲ ਹੀ ਬੂਟਾ ਨੈਣੇਵਾਲ ਜੀ ਅੰਮ੍ਰਿਤ ਸਾਡਾ ਵੀਰ ਨੰਬਰਦਾਰ ਧਲੇਰ
और पलो पिंड का गोपा साडा वड्डा भाई है सम्मान लेके जाएंगे जी नाल तलवंडी वाले दिलों खुशा भी सम्मान हो गया है। मैं बहुत बहुत धन्यवाद करता हूं साडे कमेटी वाले वीरों का। आओ जी ये वीर आगे अपना सम्मान प्राप्त कर लेंगे जी। दस तो बारह की टक्कर इधर मान सम्मान भी हो रहे हैं बड़ा प्यार दिता जा रहा है प्रबंध कमेटी वालों सारे खिलाड़ियों का मान सम्मान किए जा रहे हैं। बहुत तकड़ा मैच है खुली वाली नंबर नंबर कोई जोड़ा नहीं अज सारा खुली आल आया हो खेड़े बहुत दुनिया के बड़े मल पुजे हुए है सत्तर भी कहते बड़े मला है त्रेड़ी वाले अंक के नाल पेचा पिया हुआ है। एक गल हो भी जिड़ी टीम मैच जित गई उन्हें जरूर फाइनल की टिकट और सेमी की टिकट लेनी है एक गल पक्की है क्योंकि तीनों टीम तक नहीं है क्योंकि नंबर मैं लगता है। हाँ जी हाँ रवि बहादुरगढ़ सम्मान है जी आओ सम्मान जब ग्यारह बारह हो गए ग्यारह तो सतारह नंबर हो गए है बराबरी के मैच खेला जा रहे हैं ग्यारह नंबर तीन बारह नंबर वालीबॉल और नाल ही नंबर ढेर जी ये भी सम्मान लैन जी अपना मेरी बेनती जी और साडे पहलवान जी फॉलो कर लेंगे नंबरदार जी गलबात बखरी है बड़ा सोहना बुलारा है अगले दिनों के वाहेगुरु ने पुत्र की दात बख्शी है पुत्र मिठले मेवे रब सब नू देवे बहादुरगढ़ी रवि का भी सम्मान जो विशेष तरह किया जा रहा है। लैवी तीन दे हरी कौन जित गया रस्सी मेरे भाई कौन जित गया तीन जित गई है जी सैरना जी दसो जी मैं तीन च आओ जी नंबरदार ढलेर जी अमृत ढलेर नंबरदार साडे वीर का सम्मान जिहड़ा हाँ जी अमृत ढलेर अमृतपाल नंबरदार लैनी वीरे ग्राउंड नंबर तीन से आओ जी टीम खुगनी करनाल से धौल माजरा जी खुगनी करनाल से धौल माजरा के प्लेयर वीरे कृपा करके ग्राउंड नंबर तीन के पहुंचो जी खुगनी करनाल जीतू रही है लड्डू कलाले वाला फिर होर के जिम्मेदारी ला दे इंद्रपाल अर्गे दी आज रेफरी जल्द रवि तू इधर आया मेरा भाई रवि कितने बनूरी वाला ग्राउंड नंबर एक आ जाए ज्योति हूं लग जा मेरा भी मैच देखे जो नेड़े हो गए आ जा मेरा भाई ज्योति ने रवि दोनों जाने आज इतने मेरी बेनती है और इधर नंबरदार का सम्मान खेतर से किया जा रहा है। आओ जी और तलवंडिया दर्शा के अपना सम्मान प्राप्त करते वालीबॉल कच्ची 001 भाई हेलो भाई बूटा जी आगे सम्मान प्राप्त कर लगे आने पैना जी आ जाओ भाई बूटा ने आ लिया जी क्योंकि जिड़िया शशीता मान तो गाई हुई उन्होंने जाना जी बूटे भाई आ जाओ वरिंदर चांगली जी नाम मुकाबला पाउं कर रहे मेरे मित्रों खेल रहे मैदान दे विच भी मुल पैर शरीरों दे जेड़े लाउंदे मेहनत फितर के धन जोर जमाना रा लैण भरिया मेला लावणा दे ए लीर धोए ने तेरा वारा हो गए बंदे ने मनमानी राणे खेले हट पासे और लुडियां पौड़ी फिरे जवानी और लोग
ਵੀਰੇ ਗਰਾਊਂਡ ਨੰਬਰ 3 ਜਾਓ ਗੁਗੜੀ ਕਰਨਾਲ ਦੀ ਟੀਮ ਦੇ ਖਿਡਾਰੀ ਜੀ ਗੁਗੜੀ ਕਰਨਾਲ ਔਰ ਢੋਲ ਮਾਜਰਾ ਇਹ ਟੀਮਾਂ ਦੇ ਖਿਡਾਰੀ ਨੰਬਰ ਦਾ ਕਲੀ ਫੋਟੋ ਮੁੰਡਿਆਂ ਦੀ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਔਰ ਸਾਹਮਣੇ ਇਧਰ ਚਾਂਗਲੀ ਪਿੰਡ ਦਾ ਪਿੰਡ ਸ਼ੇਰੇ ਪੰਜਾਬ ਫੁੱਟ ਦੇ ਖਿਡਾਰੀ ਆ ਬੜਾ ਪ੍ਰਸਿੱਧ ਹੈ ਔਰ ਵੀਰ ਸਾਡੇ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਇੱਕ ਵੱਡੇ ਕੱਪ ਔਰ 1100 ਦੀ ਨਗਦ ਰਾਸ਼ੀ ਦੇ ਨਾਲ ਬਹੁਤ ਵੱਡੀ ਮੁਬਾਰਕਾਂ ਆਪਣਾ ਸਨਮਾਨ ਪ੍ਰਾਪਤ ਕਰਨਗੇ ਇਹ ਮੇਰੀ ਬੇਨਤੀ ਹੈ ਜੀ ਆਓ ਜੀ ਕੋਸਾ ਹਾਂਜੀ ਹਾਂ ਰਵੀ ਕਿੱਧਰ ਗਿਆ ਜੁੱਤੀ ਜੁੱਤੀ ਟੋਪਾ ਲੈ ਕੇ ਤੂੰ ਨਹੀਂ ਲੁਕਦਾ ਮੇਰਾ ਵੀਰ ਬਣ ਕੇ ਕਰਾ ਮੈਂ ਨਵਾਬ ਲਾਈ ਮੇਰਾ ਵੀਰ ਬਣ ਕੇ ਜੁੱਤੀ ਲੱਗਦਾ ਇਹਦਾ ਗੁਰਪ੍ਰੀਤ ਲਾਰਾ ਜੀ ਹੋਗੀ ਮੇਰੀ ਬੇਨਤੀ ਹੋ ਗਈ ਆਪਣਾ ਸਨਮਾਨ ਪ੍ਰਾਪਤ ਕਰਨਾ ਜੀ ਪੁਆਇੰਟ ਤਾਂ ਕੱਟਦੇ ਆ ਫਿਰ ਗੁਰਪ੍ਰੀਤ ਲਾਰਾ ਜੀ ਰਵੀ ਨੰਬਰ 80 ਮਿੱਤਰਾ ਕਾਲੀ ਕਿੰਨੇ ਕਿੰਨੇ ਹੈ ਇੱਧਰ ਦੋ ਤੇ ਇੱਧਰ ਇੱਕ ਦੋ ਹੋਈਆਂ ਦੋਨੇ ਕੋਲ ਦੋ ਹੋਈਆਂ ਰਾਹੁਲ ਕਾਲਿਆ ਕਾਲਿਆ ਖੋਖਣੀ ਵਾਲਿਆ ਮੁੱਲਾਂ ਚ ਪੈਰਾਂ ਪੈਰਦਾ ਰਵੀ ਪੈਰ ਸਿਖਾਈਆਂ ਬਰੀਕੀਆਂ ਹੈ ਕਿੱਥੇ ਕਿੱਥੇ ਬਾਲ ਮਾਰਨਾ ਔਰ ਇਧਰਲੇ ਪਾਸੇ ਸਨਮਾਨ ਜਿਹੜਾ ਸਾਡੇ ਸੀਨੀਅਰ ਵੀਰਾਂ ਨਾਲ ਕੀਤਾ ਜਾ ਰਿਹਾ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਵੱਡੀਆਂ ਮੁਬਾਰਕਾਂ ਨੇ ਔਰ ਨਾਲ ਹੀ ਸਾਡੇ ਜਿੰਨੇ ਵੀ ਸਤਿਕਾਰ ਦੇ ਯੋਗ ਭਰਾ ਸਾਡੇ ਵੱਡੀ ਹਾਜ਼ਰੀ ਧਰਨ ਲਈ ਆਏ ਨੇ SHO ਸਰਦਾਰ ਜਗਰੀਤ ਸਿੰਘ ਜੀ ਬਹੁਤ ਵੱਡੀ ਹਾਜ਼ਰੀ ਉਹਨਾਂ ਦੇ ਨਾਲ ਹੋਰ ਵੀ ਹੈ ਜਿਹੜੇ ਪੰਜਾਬ ਪੁਲਿਸ ਦੇ ਅਫੀਸਰ ਆਏ ਨੇ ਸਭ ਨੂੰ ਆਪਾਂ ਕੇ ਕੌਂਟਰ ਦੇ ਤਹਿਤ ਵੱਲੋਂ ਭਾਰਤ ਵੱਲੋਂ ਸਵਾਗਤ ਕਰ ਰਹੇ ਹਾਂ ਔਰ ਜਿੰਨੇ ਵੀ ਮਾਣ ਮੱਤੇ ਕਲਵਾਂਟੇ ਸੱਜਣ ਪਿੰਡ ਦੇ ਵਿੱਚ ਪੁੱਜੇ ਨੇ ਲੈ ਵੀ ਮੇਰੇ ਵੀਰ ਬਣ ਕੇ ਹੁਣ ਬਹਿ ਜਾਓ ਜਿਹੜੇ ਵੀਰ ਸਟੇਜ ਦੇ ਉੱਤੇ ਅੱਗੇ ਖੜੇ ਨੇ ਜੀ ਆਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਜਿਹੜੇ ਵੀ ਰਵੀ ਦੋਵੇਂ ਚੇਨ ਹੈ ਮਿੱਤਰਾਂ ਢੋਲ ਮਾਜਰੇ ਦੀ ਟੀਮ ਆ ਗਈ ਵੀਰੇ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਡਾ ਵੀ ਮਿੱਤਰੋ ਖੁਬੜੀ ਕਰਨਾਲ ਦੀ ਟੀਮ ਦੀ ਪਹੁੰਚ ਗਈ ਹੈ ਇੱਕ ਨੰਬਰ ਗਰਾਊਂਡ ਤੇ ਹੀ ਔਰ ਇੱਕ ਨੰਬਰ ਗਰਾਊਂਡ ਤੇ ਆ ਮੈਚ ਬਹੁਤ ਪਟਾਕੇ ਵਾਲਾ ਪੈਰਾਂ ਮੇਰੇ ਤੋਂ ਦੋ ਭਰੀ ਵੇਖ ਲੈ ਟਰਾਈ ਕੀਤੀ ਹੈ ਮੈਚ ਚੋਟੀ ਦਾ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਮੇਰੇ ਮਿੱਤਰੋ ਵੀ ਕੱਢਿਆ ਵਿਚਾਰੇ ਨੈਟ ਆਹ ਪਈਆਂ ਨੇ ਦੋ ਵੱਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਟੀਮਾਂ ਦੋਵੇਂ ਚੰਗੀਆਂ ਇਹ ਮਾਰ ਮਾਰ ਸ਼ਾਟਾਂ ਭੈੜੇ ਕੱਢਣ ਗਿਆ ਅੱਗ ਬਈ ਉਹ ਕੌਣ ਕਿੰਨੇ ਪਾਰੀ ਵਿੱਚ ਮੈਨੂੰ ਲੱਗਦਾ ਚਾਰ ਵਾਲੀਆਂ ਦਾ ਨੰਬਰ ਸਤਾਰ ਲਾਸਟ ਆ ਗਿਆ ਹੈ ਪਿੰਡਿਆਂ ਮੈਂ ਦੱਸਿਆ ਸੀ ਅਗਲਾ ਮੈਚ ਬੋਲੋ ਜੀ ਨੰਬਰਦਾਰ ਜੀ ਔਰ ਜੋਤੀ ਸ਼ਾਸਤਰੀ ਦੇ ਜੋਤੀ ਸ਼ਾਸਤਰੀ ਦੇ ਬਲੋਰ ਦੀਆਂ ਟੀਮਾਂ ਦੋ ਨੰਬਰ ਗਰਾਊਂਡ ਲੱਗ ਗਏ ਅਗੋ ਬਈ ਤਿੰਨ ਚ ਮੈਚ ਕਿਉਂ ਨੀ ਚੱਲਦਾ ਧਾਲਮਾਇਆ ਵੀ ਆ ਗਈ ਔਰ ਇਧਰਲੇ ਪਾਸੇ ਸਾਡਾ ਵੀਰ ਜੱਸਾ ਕੇਂਗਰ ਕੈਨੇਡਾ ਸਾਡਾ ਵੀਰ ਕਹਿੰਦਾ ਹੈ ਵੀ ਕਿੰਨੇ ਸਾਡੇ ਪਿੰਡ ਵਾਲੇ ਖਿਡਾਰੀ ਖੇਡਦੇ ਆ ਕਿਹੜਾ ਵੀ ਖਿਡਾਰੀ ਬਾਲ ਮਾਰ ਕੇ ਪੁਆਇੰਟ ਲੈਂਦਾ ਹਰ ਇੱਕ ਪੁਆਇੰਟ ਦਾ 500 ਦਿੱਤਾ ਜਾਵੇਗਾ ਜੱਸੇ ਦੇ ਨਾਂ ਤੋਂ ਲਾਰੇਦਾਰ ਦਿਲ ਬਹੁਤ ਵੱਡਾ ਸਾਡੇ ਵੀਰ ਦਾ ਐਨ ਕਮਾਲ ਹੋਈ ਪਈ ਹੈ ਹਰ ਇੱਕ ਨੰਬਰ ਦਾ ਜੱਸਾ ਕਹਿੰਦਾ ਅੱਜ 100 ਹੋਣਾ ਵੱਡੇ ਬਾਲ ਸਨਮਾਨ ਜਿਹੜੇ ਹੋਣਗੇ ਸੈਂਟਰ ਦੇ ਢਾਬਾ ਕਹਿੰਦੇ ਸ਼ੇਰੂ ਖੇਡ ਰਿਹਾ ਜਿੱਤ ਕੇ ਗਏ ਆ ਯਾਰ ਮੈਚ ਕਿਉਂ ਨੀ ਕਰਾਉਂਦੇ ਤਿੰਨ ਨੰਬਰ ਚ ਟੀਮਾਂ ਖੜੀਆਂ ਭਰਾ ਬਣ ਕੇ ਆਪਾਂ ਮੈਚ ਚਲਾਈਏ ਇੰਦਰਪਾਲ ਜੀ ਮੈਚ ਤੇ ਕਰਾਉਣਾ ਹੀ ਪੈਣਾ ਆਜੋ ਭਰਾ ਬਣ ਕੇ ਜਲਦੀ ਦੇ ਨਾਲ ਮੈਨੂੰ ਲੱਗਦਾ ਮੈਂ ਵੀ ਤਿੰਨ ਤਿੰਨ ਬਰਾਬਰ ਚਾਰ ਟੀਮਾਂ ਲਓ ਸਾਹਮਣੇ ਚਾਰ ਚਾਰ ਨੰਬਰ ਨੇ ਦੋਨੋਂ ਟੀਮਾਂ ਦੀ ਔਰ ਭਰਖਾ ਸਾਡਾ ਵੀਰ ਆ ਪਿਰਤਪਾਲ ਨਾਮ ਹੈ ਵੀਰ ਦਾ ਉਹਨਾਂ ਦੇ ਫਾਦਰ ਸਾਹਿਬ ਆਏ ਨੇ ਦੋਨਾਂ ਟੀਮਾਂ ਦੇ ਲਈ 500 ਦਾ ਵੱਡਾ ਮਾਣ ਆਇਆ ਜਿਹੜੀਆਂ ਟੀਮਾਂ ਗਰਾਊਂਡ ਨੰਬਰ 1 ਤੇ ਖੇਡ ਰਹੀਆਂ ਨੇ ਵੀ ਆਪਾਂ ਦੋਨਾਂ ਟੀਮਾਂ ਦੇ ਮਾਣ ਕਰਦੇ ਨੇ ਆ ਸਾਡੇ ਵੀਰ ਭਰਖੇ ਦੇ ਫਾਦਰ ਸਾਹਿਬ ਪੁੱਜੇ ਹੋਏ ਆ ਸਵੇਰ ਪ੍ਰਸ਼ਾਂਤ ਨਾਮ ਔਰ ਖਾਲੀਆ ਪਿੰਡ ਪਰ ਗਲਤੀ ਮੁੰਡਾ ਵੱਡੀ ਜਿਹੜਾ ਮੁੰਡਾ ਪਿੰਡ ਖੇਡ ਰਿਹਾ 23 ਨੰਬਰ ਦੀ ਜਰਸੀ ਕਮਲ ਨਾਮ ਹੈ ਛੋਟੀ ਉਮਰ ਦਾ ਇਹਦੀ ਕਮਾਲ ਦਾ ਨੈਟਮੈਨ ਬਣ ਗਿਆ ਹੈ ਇੱਕ ਪਾਸੇ ਮਨੋਜ ਆ ਮੁੰਡੇ ਦੀ ਖੇਡ ਬੜੀ ਤਗੜੀ ਹੈ ਔਰ ਜਿਹੜਾ ਮੁੰਡਾ ਪੌੜੀ ਹੈ ਇਹ ਮੇਰੇ ਮਿੱਤਰੋਂ ਢੋਲ ਵਾਲੇ ਥੱਕ ਜਾਂਦੇ ਆ ਪਰ ਇਹ ਭੰਗੜਾ ਪਾਉਂਦਾ ਨੀ ਥੱਕਦਾ ਇਹ ਵੀ ਮੁੰਡੇ ਦੇ ਰਿਕਾਰਡ ਬੋਲਦੇ ਨੇ ਇੱਧਰ ਨਿਰ ਤੇ ਨਵਾਬ ਹੈ ਤੇ ਨਾਲ ਢਾਬਾ ਵਾਲਾ ਸ਼ੇਰੂ ਮੇਰੇ ਮਿੱਤਰੋਂ
एक समा जो ये दोने मुंडे खेडे जोधपुरिया टीम के लिए है गलबात होती थी भी आ पहले नंबर से रहूगी टीम बाकी टीम दूजे नंबर लिए खेल दया पर अज मुंडे विरोधी बने बैठे ने मेरे मित्रों के पलिए पा के झांजर तेरी है आओ नाल नाल तेरे तुरना चंद तरह ने कोका बनना Wow.
ਵਾਲੇ 15 ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ ਆਓ ਜੱਟੀ ਦੇ ਪਕਾਏ ਹੋਏ ਖਾਲੀ ਰਾਹ ਵੇ ਮੈਨੂੰ ਲੱਗਦਾ ਗਿਆ ਉਹ ਆ ਗਿਆ ਆਪਣੀ ਆਈ ਤੇ ਗੱਲਾਂ ਲਾਊਗਾ ਟਿਕਾਣੇ ਚਲਾਵਣਾ ਵੀ ਬੱਲੇ ਬੱਲੇ ਹੋਈ ਪਈ ਆ ਮੇਰੇ ਮਿੱਤਰ ਇੱਕ ਪਾਸੇ ਦਿੱਲੀਆਂ ਨੇ ਤੇ ਦੂਜੇ ਪਾਸੇ ਮਾਰਸਿਆ ਨੇ ਖੇਵੇ ਮੈਦਾਨ ਦੇ ਵਿੱਚ ਤੇ ਦੋ ਮੁੰਡੇ ਆਪਣੇ ਹੀ ਦੇਖਦੇ ਸ਼ੇਅਰ ਕਰਿਓ ਸਾਰੇ ਭਰਾ याद रहे मोटरसाइकल लाइटा बंद कर दो मैच बड़ा तकड़ा है ललकारे बज रहे है रौला रप्पा पै रही है रसाले वाली जगदीप भी तकड़ा है और एक एक नंबर बड़ा कीमती है फिर मैदान के विच बल्ले बल्ले हुई पई है अज बल्ले बल्ले की होनी है एक समा दसो बाबे नानक नु मतली जितना की ने है सारी टीम जितने दे लिए आई है बथरीडिया बड़ी दूरी तय करके आए है और मेरे मित्रों टीम बढ़िया रहे मेला महल खुदरा 40,000 रखा है रोड के आला सोडी भी आसे पासे जो देदा है भी केड़ा ग्राउंड छड़िए ते केड़ा देखिए रोड के आला भी आके खड़ गया सोडी साडा परमिट रहा है भी मैच देखिए केड़ा ते छड़िए केड़ा मेरे मित्रों और दुनिया चोरी बैठी है आप मुंडा कैप्टन है भी मैं कैप्टन भंगड़े दा और वनगदियां दी रानी भी मैं कैप्टन भंगड़े दा अगला मैच अबरे शास्त्री का अगला मैच होगा यहीं पर होगा भाई बिलकुल साफ है कोई वादू भीड़ भी नजर आ रहा है तीजा इतिहास भी देखे कई बारी टूर्नामेंट चाह नहीं मिलती कमेटी वाले आप नहीं चाह पीते खिलाड़ी बहुत तंग करते है खिलाड़िया की की मजाल है खिलाड़ी टाइम से कमेटिया च दम होना चाहिए अज महल खुरदाने ने साबित करता है आप सुनिए हालात रहे वालीबाल रहनी और एक रिकॉर्ड जरा हो रहा बड़े भाई वालीबाल कच्ची मेले हो गया टूरनामेंट बेस्ट खिलाड़िया आप देखा भी पहला मोटरसाइकिल रखे गए है पर अच्छी की दुनिया के एक पहला खिलाड़ी बन गया नवाब जी का सम्मान मोटरसाइकिल के नाल कीता जाएगा यह भी वड्डे मान वाली गल है और साडे वड्डे भाई चरणजीत कृपालिया जी जगदीप कौर जी कृपालिया जो वह भी साडे दिलों चेते तौर पर आए हैं साडे पिंडां दा माण है मैं तह दिलो धन्नवाद करदा हां जो दास ने कच्ची की शुरुआत की पहला मैच भी आ नगर के हो गया है जी मेरा यादगिरी जरा मैच है एक यादगिरी खेल स्टेडियम है जो कच्ची का पहला मैच बोलिया तो मैल खुरदे ही बोलिया है सियाने पाओगे मुंडे वाह बलोड वाले समझ के प्यार पता भी सानो बाहर जाने लिए कहता है
ਨੇ ਜਲੇਬੀਆਂ ਖਵਾਈਆਂ ਤੇ ਬਿੱਲੋ ਬੜਾ ਮਿੱਠਾ ਬੋਲਦੀ ਹੈ ਪਰ ਮੈਨੂੰ ਲੱਗਦਾ ਜਿਹੜੇ ਹਿਸਾਬ ਦੇ ਨਾਲ ਟਾਈਮ ਆਊਟ ਜਿਹਾ ਲੈਣ ਲੱਗ ਗਿਆ ਸੁੱਖ ਨਹੀਂ ਲੱਗ ਰਹੀ ਰਵੀ ਕਿੰਨੇ ਪੁਆਇੰਟ ਜਾਣਾ ਛੇ ਬਰਾਬਰ ਹੋਵੇ ਬਾਈ ਤਾਲੀ ਬਾਰੇ ਕੀ ਖਿਆਲ ਆ ਛੇ ਛੇ ਨੰਬਰ ਨੇ ਦੋਨਾਂ ਟੀਮਾਂ ਦੇ ਆਓ ਜੇ ਸੱਤਵਾਂ ਜੋੜ ਗਏ ਨਵਾਬ ਖੱਜਾ ਬਹੁਤ ਕਰਨਗੇ ਜੇ ਨੰਬਰ ਸੱਤਵਾਂ ਜੋੜ ਗਏ ਆਓ ਤੰਗ ਕਰਨਗੇ ਪਰ ਸਾਹਮਣੇ ਬਾਈ ਅਕਬਰ ਨੇ ਨੰਬਰ ਜਿਹੜਾ ਜੋੜ ਦਿੱਤਾ ਆਹ ਮੁੰਡਾ ਕਹਿੰਦੇ ਭੜਫਾ ਤਿਰਤਪਾਲ ਨਾਮ ਹੈ ਦਸਤਾਰ ਸਜਾਈ ਹੈ ਔਰ ਬੜਾ ਸੱਜ ਲਿਆ ਬੜਾ ਫੱਬ ਰਿਹਾ ਵੀ ਲੋਰੀਆਂ ਮੋਬਾਇਲ ਤੇ ਸੁਣਾਉਣ ਵਾਲੀਆਂ ਔਰ ਭੁੱਲ ਜਾਣ ਮਾਵਾਂ ਪੁੱਤ ਸ਼ੇਰ ਹੋਣਗੇ ਤੇ ਤਾਕਤਾਂ ਵੀ ਤੇਜ ਜਿਹੜੇ ਚਿੱਟਾ ਦੱਸਦੇ ਔਰ ਜੰਗ ਦੇ ਮੈਦਾਨੀ ਮਿੱਟੀ ਢੇਰ ਹੋਣਗੇ ਤੇ ਖੇਡ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਨਾਲੇ ਕੋਈ ਗਰੈਂਡ ਨਹੀਂ ਹੁੰਦੇ ਤੇ ਪੱਗਾਂ ਵੀ ਨਾ ਲੱਗੇ ਕਰੇ ਸ਼ੇਰ ਮਿੱਤਰਾ ਆਹ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਪੱਗਾਂ ਵੀ ਨਾ ਲੱਗੇ ਕਦੇ ਸ਼ੇਰ ਮਿੱਤਰਾ ਥੋੜੇ ਸਾਲਾਂ ਦੇ ਵਿੱਚ ਬਹੁਤ ਡੂੰਘੀਆਂ ਗੱਲਾਂ ਕਰ ਗਿਆ ਹੈ ਸਰਦਾਰੀ ਆਪਾਂ ਨੂੰ ਬਹੁਤ ਮਹਿੰਗੇ ਮੁੱਲ ਮਿਲੀ ਹੈ ਗੁਰੂਆਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਹੈ ਇਹ ਕਿਤੇ ਜਾ ਕੇ ਸਿੱਖੀ ਪ੍ਰਾਪਤ ਹੋਈ ਹੈ ਇਹਨੂੰ ਸਾਂਭਣ ਦੀ ਲੋੜ ਹੈ ਸਿੱਖੀ ਐਡ ਲੋਕ ਹੁੰਦੀ ਆ ਰਹੀ ਹੈ ਨਹੀਂ ਤਲਵੰਡੀਆਂ ਦਾ 20 ਮਿੰਟ ਹੋ ਗਿਆ ਹੈ ਉਹ ਬਾਲ ਵੀ ਡੁੱਬ ਜਾਣੀ ਡੁੱਬਣ ਦਾ ਨਾਂ ਨਹੀਂ ਲੈਂਦੀ ਦੋ ਨੰਬਰ ਗਰਾਊਂਡ ਚ 20 ਮਿੰਟ ਹੋ ਗਿਆ ਹੈ ਲੋਕਾਂ ਦੀਆਂ ਧੌਣਾਂ ਐ ਘੁੰਮਦੀਆਂ ਕਦੇ ਇੱਧਰ ਕਦੇ ਉੱਧਰ ਲੈ ਵੀ ਤਫਾਰ ਲੋਕਾਂ ਦੀ ਰੇਗਾ ਮਿੱਤਰਾਂ ਤੇਰੇ ਤੇ ਆਏ ਵੀ ਰਾਹ ਸੀ ਜਿਹੜੇ ਛੱਡਵੇ ਪੈਣਾ ਤਿੰਨ ਗਰਾਊਂਡਾਂ ਤੇ ਇੱਕ ਮੁੰਡਾ
ਸੀ ਘਰ ਨੂੰ ਪੈ ਗਏ ਟੁੱਟ ਕੇ ਕਿ ਵੱਡੇ ਭਾਈ ਨੂੰ ਕੈਂਟਰ ਲੈ ਗਈ ਤੂੜੀ ਵਾਲੇ ਉਹ ਚੁੱਕ ਕੇ ਛੋਟੀ ਭੈਣ ਦੀ ਪਾੜ ਗਏ ਚੁੰਨੀ ਗਏ ਵੱਡੀ ਬੀਬੀ ਦੇ ਚੁੱਕ ਕੇ ਮਾਂ ਨੇ ਨੀ ਮੈਨੂੰ ਜੰਮਿਆ ਖਾਰਕੂ ਬੜਿਆ ਅੰਦਰੋਂ ਫੁੱਕ ਕੇ ਕਿ ਪਵੇ ਤਿੰਨ ਮੈਂ ਕੰਧ ਟੱਪ ਗਿਆ ਧਰ ਕੇ ਮੋਢੇ ਬਾਲਾ ਖੱਪਰਾਂ ਵਾਲੇ ਵਿੱਚ ਖੜ ਕੇ ਬੰਨਿਆ ਉਹ ਸ਼ੀਸ਼ੇ ਮੇਰਾ ਦਮਾਲਾ ਨਹਿਰੋ ਨਹਿਰੀ ਨਰਕ ਨੂੰ ਤੁਰਤਾ ਪੁੱਤ ਬੇਬੇ ਦਾ ਪਾਲਾ ਸਾਲ ਅਠਾਰਵਾਂ ਚੱਕੀ ਸੰਤਾਲੀ ਕਹਿ ਕੇ ਮੌਤ ਨੂੰ ਮਾਸੀ ਚਾਕੂ ਦੇ ਨਾਲ ਲਿਖਿਆ ਰਾਤ ਨੂੰ ਸਾਤੀ ਉੱਤੇ ਚੁਰਾਸੀ ਚਾਕੂ ਦੇ ਨਾਲ ਲਿਖਿਆ ਰਾਤ ਨੂੰ 1984 ਗੱਲਾਂ 84 ਦੀਆਂ ਹੋਈਆਂ ਤੇ ਕਿੰਨਾ ਜਿਹਨਾਂ ਨੂੰ 84 ਦਾ ਇਤਿਹਾਸ ਪਤਾ ਪੰਜਾਬੀਆਂ ਦਾ ਇੱਕ ਤਾਰੀ ਚੋਰ ਨੇ ਮਾਰੋ ਦੇ ਵੀਰੋ ਤੇਰੀ ਤਰਵੰਡੀ ਦਾ ਸ਼ੇਰ ਹੋਏ ਘਰ ਹੀ ਮਿੱਤਰਾ ਲਓ ਸਾਹਮਣੇ ਗਰਾਊਂਡ ਨੰਬਰ 2 ਦੇ ਵਿੱਚ ਮੇਰੇ ਮਿੱਤਰੋ ਡੂਬਣਾ ਚੋਲਾ ਤੇ ਜਾਣਾ ਪਰ ਚੋਲਾ ਕਿਸੇ ਗਾਂ ਦੇ ਨਾਲ ਜਾਊਗਾ ਨੰਬਰ ਮੈਨੂੰ ਲੱਗਦਾ ਵੀ ਲਾਸਟ ਹੈ ਮੁੰਡਾ ਜੀ ਆਓ ਨੰਬਰ ਤੇ ਲਾਸਟ ਹੈ ਆਪੀ ਲੰਘ ਗਿਆ ਤਲਵੰਡੀ ਵਾਲਿਆ ਇਹ ਗੱਲ ਹੋਣ ਵਾਲੀ ਖੜੀ ਹੈ ਕੋਈ ਬਾਹ ਫਰਕ ਨੀ 16 ਤੇ 14 24 ਮਿੰਟਾਂ ਬਾਅਦ ਬਾਲ ਡਿੱਗੀ ਹੈ ਆਓ ਨੰਬਰ 16 ਤੇ 14 ਔਰ ਪਰਮਿਆ ਸਾਰੀ ਗੱਲ ਹੁਣ ਤੇਰੇ ਤੇ ਖੜ ਗਈ ਪਰਮਿਆ ਮੋਟਰਸਾਈਕਲ ਦੇਣਾ ਨੰਦੀ ਸ਼ਰਮਾ ਨੇ ਇੱਕ ਅੱਧੀ ਬਾਲ ਫੜਦੇ ਪਰਮਿਆਂ ਦੇ ਗੱਲ ਫੇਰ ਬਣ ਜਾਣੀ ਹੈ ਇੱਧਰ ਸਾਈਡਾਂ ਚੇਂਜ ਨੇ ਲੈ ਵੀ ਤਾੜੀ ਮਾਰ ਲਿਆ ਜੇ ਹੁਣ ਤੱਕ ਮੈਚ ਦਾ ਮਾੜਾ ਮੋਟਾ ਵੀ ਨਜ਼ਾਰਾ ਹੋਇਆ ਔਰ ਛੋਟੇ ਛੋਟੇ ਬੱਚੇ ਨਾ ਗਰਾਊਂਡਾਂ ਦਾ ਸ਼ਿੰਗਾਰ ਬਣੇ ਹੋਏ ਨੇ ਕੱਲੇ ਕੱਲੇ ਵੀਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈ ਅੱਜ ਜਿੰਨੀ ਵੀ ਰੱਬ ਰੂਪੀ ਸੰਗਤ ਆਈ ਹੋਈ ਹੈ ਵੀ ਛੱਡ ਕੰਮ ਕਾਰ ਖੇਡਾਂ ਦੇਖਣ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਜ਼ਾਰੇ ਬਈ ਕੋਈ ਬੈਠ ਖੜ ਕੇ ਤੇ ਬੋਲੇ ਵਾਲੀਬਾਲ ਦਾ ਜਨੂਨ ਬਈ ਲੋਕਾਂ ਦੇ ਆਓ ਸਿਰ ਚੜ ਕੇ ਬੋਲੇ ਵਾਲੀਬਾਲ ਦਾ ਜ਼ਰੂਰ ਆ ਲੋਕਾਂ ਦੇ ਸਿਰ ਚੜ ਕੇ ਬੜਾ ਪਿਆਰ ਕਰ ਰਿਹਾ ਹੈ ਵੀ ਬੈਠੇ ਭੁੱਖੇ ਦੇ ਧਿਆਏ ਬੜੀ ਦੂਰੋਂ ਨੇ ਲਾਏ ਆ ਪੈਂਦੀਆਂ ਤਾਲਾਂ ਤੇ ਲੋਕਾਂ ਦਾ ਦਿਲ ਧੜਕੇ ਬੋਲੇ ਵਾਲੀਬਾਲ ਦਾ ਜ਼ਰੂਰ ਲੋਕਾਂ ਦੇ ਸਿਰ ਚੜ ਕੇ ਔਰ ਵਾਲੀਬਾਲ ਦੀ ਇਹ ਗੱਲ ਕੋਈ ਸ਼ੱਕ ਨਹੀਂ ਬੜੀ ਹਰਮਨ ਪਿਆਰੀ ਖੇਡ ਬਣ ਗਈ ਹੈ ਪਰ ਪ੍ਰਦੀਪ ਇੱਕ ਤੇਰਾ ਗੱਡਾ ਡਈਆਂ ਦੇ ਘਰੇ ਤੈਨੂੰ ਫੇਰ ਬਣ ਬੜੀ ਚਾਰ ਆ ਤੇਰੇ ਪਿੰਡੇ ਵਿੱਚ ਲੋਕੀ ਗੱਲਾਂ ਕਰਦੇ ਆ ਮੁੰਡੇ ਦੀ ਸਪੀਡ ਬੜੀ ਹੈ ਪਰ ਕੋਈ ਨਾ ਕੋਈ ਬਾਲ ਟਿਕਾਣੇ ਦੇ ਲਾਵੇ ਤੇ ਮੇਰੇ ਮਿੱਤਰਾਂ ਗੱਲ ਫੇਰ ਬਣਦੀ ਹੈ ਲਾਲੀ ਢਾਬਾ ਆ ਤੁਹਾਨੂੰ ਬਹੁਤ ਦੂਰੋਂ ਸੱਦਿਆ ਵੀ ਮੇਲਾ ਪਿੰਡ ਦਾ ਔਰ ਨਵਾਬ ਨੇ ਸੱਦਿਆ ਦੂਰੋਂ ਹੈ ਪਰ ਮੇਰੇ ਮਿੱਤਰੋ ਗੱਲ ਕੁਝ ਖਾਸ ਕਰਨੀ ਪੈਣੀ ਹੈ ਔਰ ਨੰਬਰ ਜੋੜਨਾ ਪੈਣਾ ਆਪਣੀ ਟੀਮ ਦੇ ਲਈ ਚੋਟੀ ਦਾ ਮੈਚ ਆ ਜੋੜ ਪਈਆ ਬੱਲੇ 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 ਆ ਗਿਆ ਫੇਰ ਆਹ ਬੱਲੇ 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 ਹਾਲੇ ਵੀ ਗੱਲ ਬਣੀ ਹੈ ਗੱਲ ਤੇ ਬਣਾਉਣੀ ਪੈਣੀ ਆ ਔਰ ਦੁਨੀਆ ਬਣਦੀ ਰਹੀ ਆ ਮਨਾਉਣੀ ਪੈਣੀ ਆ ਢਾਬਾ ਢਾਬਾ ਹੋਈ ਪਈ ਆ ਗੱਲ ਕੱਲੀ ਕੱਲੀ ਗੀਤਾਂ ਚ ਪਰੋਈ ਪਈ ਆ ਮਨੋਜ ਔਰ ਬੱਲੇ 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 ਵਾਹ ਮੁੰਡਿਆ ਲੈ ਵੀ ਵੀਰੇ ਜਿੱਤ ਹਾਰ ਦੇ ਦੋ ਵੇਰੇ ਇੱਕ ਟੀਮ ਨੇ ਜਾਣੀ ਹੈ ਪਰ ਬਾਈ ਅਰਜਿਆ ਮੈਚ ਵਿੱਚ ਸੱਚੀਓ ਸਵਾਲ ਆ ਇੱਕ ਵਾਰੀ ਤਾੜੀ ਯਾਰ ਦੋਨਾਂ ਟੀਮਾਂ ਲਈ ਮਾਰੇ ਮੇਰੇ ਵੀਰ ਬਣ ਕੇ ਆ ਔਰ ਸਾਹਮਣੇ ਪੈਰ ਰੱਖਾਂਗੇ ਰਵੀ ਸਾਤ ਵਧੀਆ ਗਿਆ ਤਲਵੰਡੀ ਵਾਲਿਆ ਦੋ ਨੰਬਰ ਦੇ ਵਿੱਚ ਬਹੁਤ ਜ਼ੋਰ ਸਾਬਾ ਔਰ ਗੁਜੀਤੀ ਦੇਖੀ ਇੱਥੋਂ ਜੀ ਹੋ ਗਈ ਹਵਾ ਵੱਧਦੀ ਜਾਂਦੀ ਹੈ ਔਰ ਨਿਤ ਵੀ ਕਹਿੰਦੇ ਮੌਸਮ ਕਾਲ ਦੱਸਦਾ ਹੈ ਹਵਾ ਵੱਧਦੀ ਜਾਂਦੀ ਹੈ ਮੈਨੂੰ ਸੁੱਖ ਨਹੀਂ ਲੱਗਦੀ ਔਰ ਇੱਥੋਂ ਜੀ ਹੋ ਗਈ ਗੱਲ ਹੋਰ ਵੱਧ ਜਾਣੀ ਹੈ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਨੰਬਰ ਇੱਕ ਬਾਕੀ ਹੈ ਦੁਨੀਆਂ ਦੀ ਨਿਗਾਹ ਟਿਕੀ ਹੋਈ ਹੈ ਇੱਕ ਨੰਬਰ ਜੁੜਨਾ ਕਿਸੇ ਗੱਲ ਦੇ ਨਾਲ ਮੈਂ ਵੀ ਰਵੀ ਨੰਬਰ ਦੱਸੀ ਮਿੱਤਰਾ ਕਿੰਨੇ ਕਿੰਨੇ ਹੋ ਗਏ ਦੱਸਦੇ ਵਾਲੀ ਬਾਤ ਨਾਸਤੇ ਦੋ ਨੰਬਰ ਹੋ ਗਏ ਮਿੱਤਰੋ ਤਾੜੀ ਦੂਰੀ ਦੇ ਮਾਰੇ ਯਾਰ ਮੁੰਡੇ ਵਾਲੇ ਨਾਂ ਦੇ ਉਧਰ ਜੋਧਪੁਰੀ ਵਾਲੇ ਨੰਬਰ 10 ਹੋ ਗਏ ਵੀ ਰਵੀ ਤੇ 9 ਨੰਬਰ ਆਓ 10ਵੇਂ ਤੋਂ 11ਵਾਂ ਕਿਰਤਨ ਤੇ ਕਿਰਤਰੀ ਕਿਰਤਰ ਦੇ ਆਓ ਕਿਰਤਨੀਆਂ ਭਰਤਾ ਬਚ ਕੇ ਹੋਈ ਮਿੱਤਰਾ ਅੱਖ ਮੈਨੂੰ ਹੁਣ ਕਿਰਤਨ ਵੀ ਤੇਰੇ ਦੇ ਲੱਗਦੀ ਹਾਂਜੀ ਸਾਡਾ ਵੀਰ ਕਹਿ ਰਿਹਾ ਵੀ ਮਨੋਜ ਦਾ ਸਨਮਾਨ ਆਪਾਂ 11-16 ਕਰ ਦਿਆਂਗੇ ਜੇ ਜੋਧਪੁਰੀ ਜਿੱਤ ਗਈ
ਬਲੋਟ ਆਓ ਜੀ ਸ਼ਾਸਤਰੀ ਜੀ ਬੋਟੀ ਉੱਤੇ ਰਾਜਾ ਇੱਧਰ ਵਾ ਬਲੋਟ ਵਾਲੇ ਸਾਥੀ ਹਮਾਰੀ ਜਾਂਦੇ ਆ ਮਿੱਤਰਾ ਔਰ ਵੀਰੇ ਚੈਰਿਆਂ ਦਾ ਮੈਚ ਮਹਿੰਦੀ ਸ਼ਰਮਾ ਕਲੱਬ ਦਾ ਸੈਟਰਡੇ ਦੀ ਟੀਮ ਦੇ ਨਾਲ ਹੈ ਲੈਣੀ ਚੌਂਟੀ ਜਿਹੜਾ ਵੀ ਗਰਾਊਂਡ ਪਹਿਲਾਂ ਵੇਲਾ ਹੋ ਗਿਆ ਇੱਥੇ ਮੈਚ ਕਰਾਵਾਂਗੇ ਚੌਂਟੀ ਦੀ ਸ਼ਰਮਾ ਕਲੱਬ ਚੈਰੇ ਵਾਲਾ ਵਰਸੇ ਸੈਟਰਡਾ ਚਾਲੀਆਂ ਦਾ ਵੇਲਾ ਹੋ ਗਿਆ ਚੌਂਟੀ ਝਾਬੀ ਇੱਧਰ ਮਿੱਤਰਾ ਤੇਰੀ ਬਹੁਤ ਵਧੀਆ ਮੈਚ ਖੇਡਿਆ ਗਿਆ ਹੈ